ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਇਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ, ਸ਼ੁਰੂ ਹੋ ਚੁੱਕਾ ਪ੍ਰੋਗਰਾਮ ਖਬਰ 'ਤੇ ਨਜ਼ਰ, ਅਤੇ ਮੇਰੇ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਕਰਨਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ
ਗੋਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7898 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਆਪਾਂ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਮੋਦੀ ਸਾਹਿਬ ਇਜ਼ਰਾਈਲ ਪਹੁੰਚੇ ਆ, ਪਿੱਛੋਂ ਉਹਨਾਂ ਦੇ ਚਾਹ ਵਾਲੇ ਖੋਖੇ ਨੂੰ ਸੈਲਾਨੀ ਕੇਂਦਰ ਬਣਾਉਣ ਦਾ ਐਲਾਨ ਹੋਇਆ ਜੀ। ਮੋਦੀ ਸਾਹਿਬ ਐਸੇ ਪਹਿਲੇ ਇੰਡੀਅਨ ਪ੍ਰਾਈਮ ਮਿਨਿਸਟਰ ਹੈ ਜਿਹੜੇ ਇਜ਼ਰਾਈਲ ਦੇ ਵਿੱਚ ਗਏ ਅਤੇ ਜਦੋਂ ਤੇਲ ਅਵੀਵ ਜਿਹੜੀ ਉਹਨਾਂ ਦੀ ਰਾਜਧਾਨੀ ਹੈ ਉੱਥੇ ਜਦੋਂ ਉਹ ਪਹੁੰਚੇ ਤੇ ਕਮਾਲ ਦਾ ਨਜ਼ਾਰਾ ਸੀਗਾ ਕਿ ਜਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਹੈ ਬੈਂਜਾਮਿਨ ਨੇਤਨਯਾਹੂ, ਉਹ ਪ੍ਰੋਟੋਕਾਲ ਤੋੜ ਕੇ ਇਹਦੇ ਸਵਾਗਤ ਵਾਸਤੇ ਆ ਖਲੋਤਾ ਤੇ ਜਦੋਂ ਉਹਨੇ ਸਵਾਗਤੀ ਭਾਸ਼ਣ ਕੀਤਾ ਉਦੋਂ ਵੀ ਹਿੰਦੀ ਚ ਉਹਨੇ ਆਖਿਆ ਕਿ ਤੁਹਾਡਾ ਇੱਥੇ ਪਹੁੰਚਣ ਤੇ ਸਵਾਗਤ ਹੈ ਮੇਰੇ ਦੋਸਤ। ਪਤਾ ਨੀ ਉਹਨੇ ਹਿੰਦੀ ਵੀ ਮੋਦੀ ਸਾਹਿਬ ਪਹਿਲਾਂ ਸਿਖਾ ਦਿੰਦੇ ਜਿੱਥੇ ਜਿੱਥੇ ਜਾਂਦੇ ਆ। ਕਮਾਲ ਦਾ ਮੋਦੀ ਸਾਹਿਬ ਦਾ ਮੈਜਿਕ ਆ ਕਿ ਦੋਸਤ ਵੀ ਬਣਾ ਲੈਂਦੇ ਨਾਲ ਦੇ ਨਾਲ। ਟਰੰਪ ਕੋਲੇ ਗਏ ਤੇ ਉਹ ਕਹਿੰਦਾ ਕਿ ਮੇਰਾ ਦੋਸਤ ਆਇਆ, ਇਹਨਾਂ ਨੇ ਵੀ ਕਿਹਾ ਕਿ ਮੇਰਾ ਦੋਸਤ ਆਇਆ। ਬਹੁਤ ਗਰਮਜੋਸ਼ੀ ਦੇ ਨਾਲ ਸਵਾਗਤ ਮਿਲਿਆ ਨਰਿੰਦਰ ਮੋਦੀ ਨੂੰ। ਦੇਖੋ ਇਹ ਪਹਿਲੇ ਪ੍ਰਾਈਮ ਮਿਨਿਸਟਰ ਹੈ, ਪਹਿਲੇ ਪ੍ਰਾਈਮ ਮਿਨਿਸਟਰ ਇਸ ਕਰਕੇ ਨਹੀਂ ਗਏ ਕਿ ਉਹਨਾਂ ਦੇ ਕੋਲ ਕਿਰਾਇਆ ਭਾੜਾ ਨਹੀਂ ਸੀਗਾ ਇਜ਼ਰਾਈਲ ਜਾਣ ਦਾ। ਮਸਲਾ ਇਹ ਸੀਗਾ ਕਿਉਂਕਿ ਇਜ਼ਰਾਈਲ ਤੇ ਫਿਲਸਤੀਨ ਦੇ ਦਰਮਿਆਨ ਇੱਕ ਬਹੁਤ ਚਰੋਕੀ ਜੰਗ ਚੱਲਦੀ ਹੈ, ਤਾਂ ਉਹਦੇ ਵਿੱਚ ਇਹ ਸੀਗਾ ਕਿ ਪਹਿਲਾਂ ਜਿੱਦਾਂ ਯਾਸਰ ਅਰਾਫਾਤ ਵਰਗੇ ਨੇਤਾ ਹੁੰਦੇ ਸਨ ਜਿਹੜੇ ਫਿਲਸਤੀਨੀ, ਉਹਨਾਂ ਦਾ ਬੜਾ ਸਾਰੇ ਪਾਸੇ ਰਸੂਖ ਸੀਗਾ। ਸੋ ਉਹ ਇੱਕ ਡਿਪਲੋਮੇਸੀ ਸੀਗੀ, ਕੂਟਨੀਤੀ ਸੀਗੀ, ਭਾਰਤੀ ਕੂਟਨੀਤੀ ਸੀਗੀ ਕਿ ਕਿਸੇ ਨੂੰ ਵੀ ਉਹ ਨਾਰਾਜ਼ ਨਹੀਂ ਕਰਨਾ ਚਾਹੁੰਦੇ ਜਿਹਨੇ ਪ੍ਰਧਾਨ ਮੰਤਰੀ ਸੀ ਕਿ ਅਸੀਂ ਜੇ ਇਜ਼ਰਾਈਲ ਵੱਲ ਜਾਵਾਂਗੇ ਫਿਲਸਤੀਨੀ ਗੁੱਸਾ ਕਰਨਗੇ, ਜੇ ਫਿਲਸਤੀਨ ਵੱਲ ਥੋੜਾ ਜਿਹਾ ਝੁਕਾ ਕਰਾਂਗੇ ਇਜ਼ਰਾਈਲ ਔਖਾ ਹੋ, ਤਾਂ ਇਹ ਤੋਂ ਬਚਦੇ ਉਹ ਜਾਂਦੇ ਨਹੀਂ ਸਨ। ਪਰ ਨਰਿੰਦਰ ਮੋਦੀ ਸਾਹਿਬ ਨੇ ਦਾਅ ਖੇਡ ਦਿੱਤਾ ਹੈ ਇਜ਼ਰਾਈਲ ਤੇ। ਉੱਥੇ ਜਾ ਕੇ ਹੁਣ ਇਹਨਾਂ ਦੇ ਦੋ ਤਿੰਨ ਮੁੱਖ ਮੰਤਵ ਆ, ਇੱਕ ਤੇ ਤੁਹਾਨੂੰ ਪਤਾ ਹਥਿਆਰਾਂ ਦੇ ਸੌਦਾਗਰਾਂ ਦੇ ਘਰੇ ਜਾਣਾ, ਥੋੜੀ ਖਰੀਦੋ ਫਰੋਖ ਤੇ ਕਰਨੀ ਪਊ। ਦੂਸਰਾ ਇਹ ਆ ਕਿ ਜਿਹੜੇ ਜਲ ਸਰੋਤ ਆ ਉਹਨਾਂ ਬਾਬਤ ਤਕਨੀਕ ਦਾ ਆਦਾਨ ਪ੍ਰਦਾਨ ਹੋਣਾ ਜੀ। ਤੀਸਰਾ ਇਹ ਰੱਖਿਆ ਕਿ ਕੁਛ ਰੱਖਿਆ ਦੇ ਮਾਮਲੇ ਚ ਹੋਰ ਸਮਝੌਤੇ ਆ। ਚੌਥਾ ਨੁਕਤਾ ਇਹ ਆ ਕਿ ਇਹਨਾਂ ਨੇ ਇੱਕ ਫੰਡ ਰੇਜ਼ ਕਰਨਾ ਆ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ $25 million ਦੀ ਰਕਮ ਰੱਖੀ ਜਾਏਗੀ, ਜਿਹੜੀ ਕਿ ਦੋਹਾਂ ਦੇਸ਼ਾਂ ਨੂੰ ਜੋੜ ਕੇ ਰੱਖਣ ਲਈ, ਮਤਲਬ ਕਿ ਇਹਨਾਂ ਦੋਨਾਂ ਦੇਸ਼ਾਂ ਦੇ ਦਰਮਿਆਨ ਇੱਕ ਪੁਲ ਦਾ ਕੰਮ ਕਰੇਗੀ, ਦੋਨਾਂ ਦੇਸ਼ਾਂ ਦੇ ਵਿੱਚ ਸਾਂਝੇ ਰਿਸ਼ਤੇ ਆ ਜਿਹੜੇ ਕਾਇਮ ਕਰਨ ਲਈ ਉਹ ਕੰਮ ਕਰੇਗੀ। ਸੋ ਉਹ ਰਕਮ ਸਾਂਝੀ ਇਹਨਾਂ ਨੇ ਰੱਖਣੀ ਹੈ, ਸਾਂਝਾ ਫੰਡ ਕਾਇਮ ਕੀਤਾ ਜਾਏਗਾ ਜਿਹੜਾ ਦੋ ਦੇਸ਼ਾਂ ਦੇ ਵਿੱਚ ਹੀ ਕੰਮ ਕਰੇਗਾ। ਅੱਗੇ ਜੇ ਆਪਾਂ ਆ ਜਾਈਏ ਤਾਂ ਇਹ ਹਾਲੇ ਕਿਉਂਕਿ ਹੁਣੇ ਪਹੁੰਚੇ ਹੀ ਆ, ਮੁੱਢਲੇ ਤੌਰ ਤੇ ਖ਼ਬਰਾਂ ਨੇ, ਪਰ ਜਿਹੜਾ ਉੱਥੋਂ ਦਾ ਖੇਤੀ ਵਾਲਾ ਸਿਸਟਮ ਹੈ ਰਾਜਕਰਮਵੀਰ ਜੀ, ਜੋ ਉੱਥੋਂ ਦੀ ਖੇਤੀ ਦੀ ਇੱਕ ਵਿਵਸਥਾ ਹੈ ਕਰਨ ਦੀ ਕਿ ਬਹੁਤ ਥੋੜੇ ਪਾਣੀ ਚ ਬਹੁਤ ਜ਼ਿਆਦਾ ਝਾੜ ਲਿਆ ਜਾਂਦਾ, ਉਸ ਤਕਨੀਕ ਨੂੰ ਭਾਰਤ ਦੇ ਵਿੱਚ ਇੰਪਲੀਮੈਂਟ ਕਰਨ ਲਈ, ਭਾਰਤ ਦੇ ਵਿੱਚ ਲਾਗੂ ਕਰਨ ਲਈ ਵੀ ਦੱਸਦੇ ਆ ਕਿ ਸਮਝੌਤਾ ਹੋ ਸਕਦਾ, ਕੁਛ ਨਾ ਕੁਛ ਉਹਨਾਂ ਤੋਂ ਟੈਕਨੋਲੋਜੀ ਵਾਲੇ ਨੁਕਤੇ ਆ ਜਿਹੜੇ ਉਹ ਇੱਥੇ ਲਿਆਂਦੇ ਜਾ ਸਕਦੇ ਆ। ਜੇ ਇਸ ਤਰ੍ਹਾਂ ਕੀਤਾ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਬਹੁਤ ਬਿਹਤਰ ਆ, ਖਾਸ ਤੌਰ ਤੇ ਪੰਜਾਬ ਵਰਗੇ ਸੂਬੇ ਆ, ਹਰਿਆਣੇ ਵਰਗੇ ਸੂਬੇ ਆ ਜਿਹੜੇ, ਇਹਨਾਂ ਨੂੰ ਉਸ ਤਰ੍ਹਾਂ ਦੀ ਖੇਤੀ ਹੈ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਕਰਵਾਈ ਜਾ ਸਕਦੀ ਹੈ, ਔਰ ਬਹੁਤ ਹੱਦ ਤੱਕ ਪਾਣੀ ਬਚਾਇਆ ਜਾ ਸਕਦਾ। ਪਰ ਇਹ ਚੀਜ਼ਾਂ ਤੇ ਲੈ ਆਉਣ ਠੀਕ ਆ, ਜਿਹੜਾ ਗੋਲਾ ਬਰੂਦ ਥੋੜਾ ਬਹੁਤਾ ਉਹ ਵੀ ਲੈ ਆਉਣ ਕਿਉਂਕਿ ਲੋੜ ਆ ਉਧਰ ਵੀ ਤੇ ਇਧਰ ਵੀ, ਪਰ ਇੱਕ ਚੀਜ਼ ਨਾ ਕਿਤੇ ਲੈ ਆਉਣ, ਉਹਦੇ ਤੋਂ ਡਰ ਲੱਗਦਾ ਕਿਉਂਕਿ ਉੱਥੇ ਮਿਲਟਰੀ ਟ੍ਰੇਨਿੰਗ ਕੰਪਲਸਰੀ ਹੈ, ਕਿਉਂਕਿ ਉੱਥੇ ਨੇਤਾਵਾਂ ਦੇ ਮੁੰਡਿਆਂ ਨੂੰ ਵੀ ਕਰਨੀ ਪੈਂਦੀ ਹੈ ਟ੍ਰੇਨਿੰਗ, ਸੋ ਕਿਤੇ ਉਹ ਫਾਰਮੂਲਾ ਨਾ ਲੈ ਆਉਣ, ਨਹੀਂ ਤੇ ਫਿਰ ਉਹਨਾਂ ਨੇ ਆਪਣੇ ਜਿਹੜੇ ਬਾਪ ਆ ਉਹਨਾਂ ਨੂੰ ਗਾਲਾਂ ਕੱਢਣੀ, ਉਹਨਾਂ ਨੇ ਕਹਿਣਾ ਕਿ ਇਹਨੂੰ ਉੱਥੇ ਤੁਸੀਂ ਜਾਣ ਕਿਉਂ ਦਿੱਤਾ, ਸਾਨੂੰ ਵਕਤ ਚ ਪਾ ਦਿੱਤਾ, ਕਿਤੇ ਉਹ ਫਾਰਮੂਲਾ ਨਾ ਲੈ ਆਉਣ। ਉਹਦੇ ਤੋਂ ਡਰ ਲੱਗਦਾ ਕਿ ਨੇਤਾਵਾਂ ਦੇ ਮੁੰਡੇ ਫਿਰ ਔਖੇ ਹੋ ਜਾਣਗੇ। ਪਰ ਦੂਜੇ ਪਾਸੇ ਜਿਹੜਾ ਤੁਸੀਂ ਗੱਲ ਕਹੀ ਆ ਕਿ ਉਹਨਾਂ ਦੇ ਖੋਖੇ ਨੂੰ
ਸੈਲਾਨੀ ਕੇਂਦਰ ਦੇ ਰੂਪ ਦੇ ਵਿੱਚ ਵਿਕਸਿਤ ਕਰਨ ਦਾ ਇਹਨਾਂ ਨੇ ਫੈਸਲਾ ਲੈ ਲਿਆ, ਤਾਂ ਉਹਦੇ ਲਈ ਰਕਮ ਰੱਖੀ ਗਈ ਹੈ 100 ਕਰੋੜ ਰੁਪਇਆ। ਵੈਸੇ ਨਰਿੰਦਰ ਮੋਦੀ ਕਾਫੀ ਮਹਿੰਗੇ ਪੈ ਰਹੇ ਆ ਦੇਸ਼ ਨੂੰ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹਨਾਂ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਇੱਕ ਮੂਰਤੀ ਖੜੀ ਕਰਨ ਦਾ ਐਲਾਨ ਕੀਤਾ ਸੀ, ਤੇ ਹੈਰਾਨ ਰਹਿ ਜਾਓਗੇ ਕਿ ਉਸ ਮੂਰਤੀ ਲਈ ਹੁਣ ਪੈਸਾ ਜੁਟਾਉਣ ਵਾਸਤੇ ਤੇਲ ਕੰਪਨੀਆਂ ਤੋਂ 200 ਕਰੋੜ ਰੁਪਇਆ ਫੜਿਆ ਜਾ ਰਿਹਾ। ਇਹ ਦੱਸ ਦਿਓ ਕੰਮ ਚੱਲਦਾ ਰੱਖਣਾ। ਸੋ ਕਈ ਇਹੋ ਜਿਹੇ ਪ੍ਰੋਜੈਕਟ ਮੋਦੀ ਸਾਹਿਬ ਨੇ ਆਰੰਭੇ ਆ ਜਿਹੜੇ ਦੇਸ਼ ਦੇ ਪੱਲਿਓ ਪੈ ਰਹੇ ਆ, ਪਰ ਇਹ ਕਿਉਂਕਿ ਮੋਦੀ ਸਾਹਿਬ ਗ੍ਰੇਟ ਆ, ਉਸ ਗ੍ਰੇਟ ਪ੍ਰਧਾਨ ਮੰਤਰੀ ਦੇ ਉਹ ਗ੍ਰੇਟ ਚਾਹ ਦੇ ਖੋਖੇ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਟੂਰਿਜ਼ਮ ਸਪੋਟ ਬਣਾਉਣਾ ਤੇ ਉਹਦੇ ਲਈ 100 ਕਰੋੜ ਰੁਪਇਆ ਰੱਖਣਾ। ਇਹ ਮੋਦੀ ਸਾਹਿਬ ਨੇ ਸ਼ਾਇਦ ਨਾ ਕਿਹਾ ਹੋਵੇ, ਪਰ ਉਹਦੇ ਆਸੇ ਪਾਸੇ ਦੀ ਜਿਹੜੀ ਫੌਜ ਆ ਉਹ ਐਸੀ ਸੋਚ ਰੱਖਦੀ ਆ। ਪਰ ਇਹ ਦੇਖੋ ਅੱਗੇ ਚੱਲ ਕੇ ਕਿੰਨਾ ਕੁ ਫਾਇਦਾ ਦਿੰਦੇ ਆ, ਕਿੰਨੀ ਕੁ ਪ੍ਰੇਰਨਾ ਮਿਲਦੀ ਹੈ, ਲੋਕੀ ਚਾਹ ਵਾਲੇ ਪਾਸੇ ਕਿੰਨਾ ਕੁ ਇਨਵੈਸਟਮੈਂਟ ਕਰਦੇ ਆ, ਤਾਂ ਕਿ ਆਉਣ ਵਾਲੇ ਸਮੇਂ ਚ ਉਹ ਵੀ ਚਾਹ ਵੇਚ ਕੇ ਚਾਹ ਦੇ ਧੰਦੇ ਚੋਂ ਅੱਗੇ ਤਰੱਕੀ ਹਾਸਲ ਕਰ ਸਕਣ। ਉਹਦੇ ਲਈ ਕਿੰਨੇ ਕੁ ਲੋਕ ਇੱਧਰ ਜੁੜਦੇ ਆ, ਪਰ ਇਸ ਗੱਲੋਂ ਲੋਕ ਸ਼ੁਕਰ ਮਨਾਉਂਦੇ ਆ ਕਿ ਐਮਰਜੈਂਸੀ ਦੇ ਦੌਰ ਚ ਮੋਦੀ ਸਾਹਿਬ ਵਾਹਵਾ ਹੱਥ ਨਹੀਂ ਆਏ। ਜੇ ਕਿਤੇ ਹੱਥ ਆ ਜਾਂਦੇ, ਜਿਹੜੀ ਜੇਲ੍ਹ ਦੇ ਵਿੱਚ ਉਹ ਰਹਿੰਦੇ, ਜਿੱਥੇ ਉਹਨਾਂ ਨੇ ਜੇਲ੍ਹ ਦੇ ਵਿੱਚ ਦਾਲ ਨੂੰ ਤੜਕੇ ਲਾਏ ਹੁੰਦੇ, ਤਾਂ ਹੋ ਸਕਦਾ ਸੀ ਉਸ ਜੇਲ੍ਹ ਨੂੰ ਵੀ ਮੈਡਮ ਤੁਸ਼ਾਦ ਵਾਂਗੂ ਇੱਕ ਬਹੁਤ ਵੱਡਾ ਮਿਊਜ਼ੀਅਮ ਬਣਾਉਣਾ ਪੈਂਦਾ, ਉਧਰੋਂ ਬਚਾਅ ਹੋ ਗਿਆ। ਜੀ ਜੀ, ਅਗਲੀ ਗੱਲ ਕਰੀਏ ਵੀ ਪੁਰਾਣੇ ਨੋਟ ਬਦਲਣ ਦਾ ਇੱਕ ਹੋਰ ਮੌਕਾ ਦੇਣ ਸੰਬੰਧੀ ਸੁਪਰੀਮ ਕੋਰਟ ਵੱਲੋਂ 2 ਹਫ਼ਤੇ ਅੰਦਰ ਜਵਾਬ ਦੇਣ ਦੇ ਹੁਕਮ। ਦੇਖੋ ਰਾਜਕਰਨ ਵੀਰ ਜੀ, ਇਹ ਵੀ ਸਾਡੇ ਗ੍ਰੇਟ ਪ੍ਰਧਾਨ ਮੰਤਰੀ ਦਾ ਇੱਕ ਗ੍ਰੇਟ ਫੈਸਲਾ ਸੀਗਾ। ਨੋਟਬੰਦੀ ਉਹ ਨੋਟਬੰਦੀ ਆ ਜਿਹਨੇ ਬਹੁਤ ਸਾਰੀ ਬੰਦੀ ਕਰਤੀ ਸੀ, ਕਿ ਜਵਾਨ ਬੰਦੀ ਵੀ ਕਰਤੀ ਸੀ, ਕੰਮ ਬੰਦੀ ਵੀ ਕਰਤੀ ਸੀ, ਇੱਥੋਂ ਤੱਕ ਕਿ ਲੋਕਾਂ ਦੀ ਜਿਹੜੀ ਆਮ ਜ਼ਿੰਦਗੀ ਹੁੰਦੀ ਹੈ ਜਿਹਦੇ ਚ ਵਿਆਹ ਸ਼ਾਦੀਆਂ ਵਾਲੇ ਹੁੰਦੇ ਆ, ਬਹੁਤ ਸਾਰੇ ਰਸਮੋ ਰਿਵਾਜ ਹੁੰਦੇ ਆ, ਉਹਨਾਂ ਤੇ ਵੀ ਬੰਦੀ ਕਰ ਦਿੱਤੀ ਸੀ, ਸਾਰੇ ਪਾਸੇ ਬੰਦੀ ਬੰਦੀ ਹੋ ਗਈ ਸੀਗੀ। ਇਸ ਨੋਟਬੰਦੀ ਦੇ ਦੌਰਾਨ ਜੋ ਕੁਛ ਹੋਇਆ ਉਹ ਤੇ ਚਲੋ ਹੁਣ ਇਤਿਹਾਸ ਦਾ ਹਿੱਸਾ ਹੈ, ਪਰ ਉਸ ਤੋਂ ਬਾਅਦ ਜੋ ਕੁਛ ਹੋਇਆ ਉਹਦੀ ਚਰਚਾ ਇੱਕ ਵਾਰ ਫੇਰ ਤੋਂ ਕਰਨੀ ਬਣਦੀ ਆ। ਅਸਲ ਦੇ ਵਿੱਚ ਜਿਹੜੀ ਇਹਨਾਂ ਨੇ ਤਰੀਕ ਮਿੱਤੀ ਸੀਗੀ ਕਿ 30 ਦਸੰਬਰ ਤੱਕ ਜਿਹੜਾ ਇਹ ਨੋਟ ਬਦਲਾ ਗਿਆ ਉਹ ਫਾਇਦੇ ਚ ਰਹੂ, ਬਾਅਦ ਦੇ ਵਿੱਚ ਉਹਦੇ ਨੋਟ ਜਿਹੜੇ ਪੁਰਾਣੇ ਆ ਉਹ ਮਿੱਟੀ ਆ। ਖੈਰ ਬਾਅਦ ਦੇ ਵਿੱਚ ਕੀ ਹੋਇਆ ਕਿ ਰਾਜਕਰਨਵੀਰ ਸਿੰਘ ਜੀ ਬਹੁਤ ਸਾਰੇ ਲੋਕ ਇਹੋ ਜਿਹੇ ਨਿਕਲੇ ਜਿਨ੍ਹਾਂ ਦੇ ਕੋਲੋਂ ਬਹੁਤ ਸਾਰੀ ਰਾਸ਼ੀ ਜਿਹੜੀ ਦੇਖੀ ਗਈ, ਔਰ ਉਹ ਲੋਕ ਸਨ ਜਿਹੜੇ ਕਹਿੰਦੇ ਸਨ ਕਿ ਮੇਰਾ ਪਿਤਾ ਗੁਜ਼ਰ ਗਿਆ, ਮੈਂ ਉਹਦਾ ਸੰਦੂਕ ਖੋਲਿਆ, ਉਹਦੇ 80,000 ਰੁਪਇਆ ਨਿਕਲ ਆਇਆ, ਜਾਂ ਉਹ ਲੋਕ ਸਨ ਜਿਹੜੇ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਸੀ, ਚੇਤਾ ਹੀ ਨਹੀਂ ਸੀ, ਇਹ ਅਸੀਂ ਤੇ ਬਜ਼ੁਰਗ ਲੋਕ ਹਾਂ, ਹੁਣ ਯਾਦਾਸ਼ਤ ਸ਼ਕਤੀ ਆ ਜਿਹੜੀ ਉਹ ਪਹਿਲਾਂ ਵਾਲੀ ਨਹੀਂ ਰਹੀ, ਭੁੱਲ ਗਏ, ਇੰਨੀ ਕੁ ਰਕਮ ਇੰਨੀ ਕੁ ਜੋੜ ਕੇ ਬਚਤ ਕਿਸੇ ਖਾਤੇ ਚ ਰੱਖੀ ਸੀਗੀ ਤੇ ਆ ਪਈ ਆ, ਇਹ ਬਦਲਾ ਕੇ ਦਿਓ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਨਿਕਲੇ। ਸੋ ਉਹ ਕਿਸੇ ਪਾਸੇ ਵੀ ਨਹੀਂ ਲੱਗੇ, ਇਹਨਾਂ ਨੇ ਹੱਥ ਖੜੇ ਕਰ ਦਿੱਤੇ, ਕਹਿੰਦੇ ਕਿ ਹੁਣ ਕੁਛ ਨਹੀਂ ਹੋ ਸਕਦਾ, ਤੁਹਾਡੀਆਂ ਕਹਾਣੀਆਂ ਠੀਕ ਆ, ਬਹੁਤ ਦਰਦ ਭਰੀਆਂ, ਪਰ ਅਸੀਂ ਇਹਨਾਂ ਕਹਾਣੀਆਂ ਨੂੰ ਹੁਣ ਕੋਈ ਨਵਾਂ ਅੰਜਾਮ ਨਹੀਂ ਦੇ ਸਕਦੇ। ਸੋ ਇਹਨਾਂ ਨੇ ਫਸਾਨਾ ਖਤਮ ਕਰ ਦਿੱਤਾ। ਅੱਗੇ ਕੀ ਹੋਇਆ ਕਿ ਕੁਛ ਸਮਾਜ ਸੇਵੀਆਂ ਨੇ ਫਿਰ ਸੁਪਰੀਮ ਕੋਰਟ ਦੇ ਕੋਲ ਰਿਟ ਫਾਈਲ ਕਰ ਦਿੱਤੀ। ਵੈਸੇ ਬਹੁਤ ਸਾਰੀਆਂ ਰਿਟਾਂ ਸਨ ਨੋਟਬੰਦੀ ਨੂੰ ਲੈ ਕੇ, ਫਿਰ ਉਹਨਾਂ ਨੂੰ ਕੀ ਕੀਤਾ ਗਿਆ ਕਿ ਇੱਕ ਹੀ ਬਣਾ ਦਿੱਤਾ ਗਿਆ, ਸਾਰੀਆਂ ਰੇਟਾਂ ਨੂੰ ਰਲਾ ਕੇ ਇੱਕ ਪਟੀਸ਼ਨ ਬਣਾ ਦਿੱਤੀ ਗਈ ਕਿ ਇੱਕ ਤੇ ਸੁਣਵਾਈ ਕਰ ਦੋ, ਸਾਰੀਆਂ ਪਟੀਸ਼ਨਾਂ ਵਿੱਚ ਆ ਜਾਣਗੀਆਂ। ਸੋ ਉਹਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਇਹਨਾਂ ਨੂੰ 2 ਹਫ਼ਤਿਆਂ ਦਾ ਸਮਾਂ ਦੇ ਕੇ ਕਿਹਾ ਕਿ ਤੁਸੀਂ ਜਵਾਬ ਦਾਖਲ ਕਰੋ, ਕਿ ਜਿਹੜੇ ਲੋਕ ਹਾਲੇ ਰਹਿ ਗਏ ਆ ਜਿਨ੍ਹਾਂ ਨੇ 500 ਜਾਂ 1,000 ਦੇ ਨੋਟ ਜਿਹੜੇ ਵਟਾਏ ਨਹੀਂ ਹੈ, ਕਿ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਸਕਦਾ। ਸੋ ਇਹ ਹੁਣ ਕੇਂਦਰ ਵਾਲੇ ਆ ਜਿਹੜੇ ਉਹ ਜਵਾਬ ਦਾਖਲ ਕਰਨਗੇ 14 ਦਿਨਾਂ ਬਾਅਦ, ਉਦੋਂ ਪਤਾ ਲੱਗੂਗਾ ਕਿ ਇਹ ਜਾ ਕੇ ਆਪਣੇ ਜਵਾਬ ਦਾ ਵਿੱਚ ਕੀ ਕਹਿੰਦੇ ਆ, ਇਹ ਇਸ ਚੀਜ਼ ਲਈ ਸਹਿਮਤ ਹੁੰਦੇ ਆ ਜਾਂ ਇਹ ਅਸਮਰੱਥਾ ਜ਼ਾਹਰ ਕਰਦੇ ਆ, ਉਹ 2 ਹਫ਼ਤਿਆਂ ਬਾਅਦ ਪਤਾ ਲੱਗੇਗਾ। ਪਰ ਫਿਰ ਵੀ ਰਾਜਕਰਨਵੀਰ ਸਿੰਘ ਜੀ, ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਕੋਲ ਹਾਲੇ ਵੀ 500 ਤੇ 1,000 ਦੇ ਨੋਟ ਜਿਹੜੇ ਪਏ ਆ, ਜੇ ਉਹਨਾਂ ਦੇ ਬਦਲੇ ਜਾਣ ਤੇ ਚੰਗੀ ਗੱਲ ਆ। ਵੈਸੇ ਕੁਛ ਲੋਕ ਇਹੋ ਜਿਹੇ ਸਨ ਜਿਨ੍ਹਾਂ ਨੂੰ ਇਹ ਲੱਗਿਆ ਕਿ ਸਾਡੀ ਹੁਣ ਇਹ ਜਿਹੜੀ ਕਰੰਸੀ ਉਹ ਮਿੱਟੀ ਹੋ ਚੁੱਕੀ ਆ, ਤੇ ਉਹਨਾਂ ਨੇ ਜਵਾਕਾਂ ਨੂੰ ਫੜਾ ਤੀਆਂ ਦੱਤੀਆਂ ਨੋਟਾਂ ਦੀਆਂ, ਕਿ ਆਲੋ ਕੈਂਚੀਆਂ ਇਹਨਾਂ ਨੂੰ ਕੱਟ ਕੇ ਫੁੱਲ ਬਣਾ ਦਿਓ। ਕਈਆਂ ਨੇ ਤੇ ਉਹ ਪਰੋ ਕੇ ਸੇਡਿਆਂ ਦੇ ਵਿੱਚ ਕੱਟੀਆਂ ਕੱਟਿਆਂ ਦੇ ਗਲ ਚ ਪਾਤੀਆਂ, ਕਹਿੰਦੇ ਕਿ ਲੋਕਾਂ ਦੀਆਂ ਬੱਕਰੀਆਂ ਲੋਕ ਨੀ ਖਾਂਦੀਆਂ ਸਾਡੀਆਂ, ਦੇਖੋ ਕੱਟੇ ਕੱਟੀਆਂ ਨੀ ਖਾਂਦੀਆਂ। ਇਸ ਤਰ੍ਹਾਂ ਦੀਆਂ ਤਸਵੀਰਾਂ ਆਈਆਂ, ਕੁਛ ਲੋਕਾਂ ਨੇ ਨਾਲਿਆਂ ਦੇ ਵਿੱਚ ਸੁੱਟ ਦਿੱਤੀਆਂ। ਉਹ ਤੇ ਚਲੋ ਹੁਣ ਮੱਥੇ ਤੇ ਹੱਥ ਮਾਰਨਗੇ ਜੇ ਦੁਬਾਰਾ ਮੌਕਾ ਮਿਲ ਗਿਆ। ਪਰ ਜਿਹੜੇ ਲੋਕ ਦੇਖੋ ਐਨ ਆਰ ਆਈ ਸੀਗੇ,
ਉਹਨਾਂ ਦੇ ਨਾਲ ਤੇ ਇਹ ਦੂਰਾ ਤੀਰਾ ਮਜ਼ਾਕ ਹੋ ਜਾਣਾ। ਪਹਿਲਾਂ ਉਹਨਾਂ ਨੂੰ ਸਮਾਂ ਬਹੁਤ ਘੱਟ ਦਿੱਤਾ ਗਿਆ, ਫਿਰ ਕਹਿੰਦੇ ਜੀ ਕਿ ਤੁਹਾਡੇ ਲਈ ਕਾਊਂਟਰ ਖੋਲੇ ਆ, ਉਹਨਾਂ ਨੇ ਬਹੁਤ ਵੱਡੀ ਖੱਜਲ ਖੁਆਰੀ ਪੱਲੇ ਪਾਈ। ਫਿਰ ਕਹਿੰਦੇ ਜੀ ਮਿਆਦ ਵਧਾਈ ਆ, ਉਹ ਮਿਆਦ ਵਧਾਈ ਕਾਹਦੀ ਆ ਕਿ ਉਹ ਮਿਆਦ ਨੀ ਸਿਰਦਰਦੀ ਵਧਾਈ ਆ। ਉਸ ਤੋਂ ਅੱਗੇ ਜੇ ਆ ਜਾਈਏ ਕਿ ਜੇ ਹੁਣ ਇਹਨਾਂ ਨੂੰ ਮੌਕਾ ਮਿਲਦਾ ਹੈ ਤੇ ਜਿਹੜੇ ਐਨਆਰਆਈਜ਼ ਰਹਿ ਗਏ ਆ ਉਹਨਾਂ ਲਈ ਕੋਈ ਇਸ ਤਰ੍ਹਾਂ ਦੀ ਪਾਲਿਸੀ ਨਹੀਂ ਲਿਆਉਂਦੇ, ਤੇ ਮੇਰੇ ਖਿਆਲ ਦੇ ਨਾਲ ਇੱਕ ਮਜ਼ਾਕ ਉਹਨਾਂ ਐਨਆਰਆਈਜ਼ ਲਈ ਹੋਰ ਹੋਏਗਾ ਜਿਹੜੇ ਇਸ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਅੱਜ ਕੱਲ ਇੱਕ ਸਾਲ ਦਾ 62 ਅਰਬ ਡਾਲਰ ਦਾ ਯੋਗਦਾਨ ਪਾ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਵੀ ਧਿਆਨ ਰੱਖ ਲੈਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਐਨਆਰਆਈਜ਼ ਅੱਜ ਵੀ ਸ਼ਿਕਾਇਤ ਕਰਦੇ ਆ ਕਿ ਸਾਡੇ ਕੋਲ ਪੈਸੇ ਪਏ ਨੇ, ਸਾਡਾ ਮੌਕਾ ਨਹੀਂ ਮਿਲਿਆ ਜਾਣ ਦਾ, ਅਸੀਂ ਹੁਣ 25,000, 30,000, 40,000 ਬਦਲੇ ਟਿਕਟ ਕਰਾ ਕੇ ਤੇ ਜਾਣੋ ਰਹੇ। ਸੋ ਉਹਨਾਂ ਨੂੰ ਵੀ ਮੌਕਾ ਦੇ ਦੇਣਾ ਚਾਹੀਦਾ ਜੇ ਇੱਧਰਲਿਆਂ ਨੂੰ ਮੌਕਾ ਮਿਲਦਾ ਹੈ, ਪਰ ਵੈਸੇ ਇਹਦੇ ਆਸਾਰ ਬਹੁਤ ਘੱਟ ਆ। ਪਰ ਇੱਕ ਚੀਜ਼ ਹੋਰ ਹੈ ਰਾਜਕਰਨਵੀਰ ਸਿੰਘ ਜੀ, ਉਹਨਾਂ ਲੋਕਾਂ ਲਈ ਵੀ ਮੌਕਾ ਦੇਣਾ ਬਣਦਾ ਹੈ। ਦੇਖੋ ਜਿਹੜੇ ਲੋਕ ਜੇਲ੍ਹ ਦੇ ਵਿੱਚ ਸਨ, ਮੰਨ ਲਓ ਜੇਲ੍ਹ ਦੇ ਵਿੱਚ ਸੀ, ਉਹ ਬਾਹਰ ਆਇਆ ਨੋਟਬੰਦੀ ਦੀ ਉਦੋਂ ਇਹ ਜਿਹੜੀ ਸਮਾਂ ਸੀਮਾ ਸੀਗੀ ਉਹ ਚਲੇ ਗਈ, ਖਤਮ ਹੋ ਗਈ, ਜਿਹਦੇ ਤਹਿਤ ਨੋਟ ਵਟਾਏ ਜਾ ਸਕਦੇ ਸਨ, ਤਾਂ ਉਸ ਬੰਦੇ ਦਾ ਹੱਕ ਬਣਦਾ, ਉਹਦਾ ਕੇਸ ਮਜ਼ਬੂਤ ਹੈ, ਉਹਨੂੰ ਮੌਕਾ ਦੇਣਾ ਚਾਹੀਦਾ। ਜੇ ਕੋਈ ਇਲਾਜ ਵਾਸਤੇ ਕਿਤੇ ਬਾਹਰ ਗਿਆ ਸੀ ਜਾਂ ਹਸਪਤਾਲ ਦੇ ਵਿੱਚ ਦਾਖਲ ਸੀਗਾ, ਤਾਂ ਉਸ ਬੰਦੇ ਦਾ ਵੀ ਕੇਸ ਹੈ ਜਿਹੜਾ ਉਹ ਮਜ਼ਬੂਤ ਹੈ ਤਾਂ ਬਣਦਾ। ਸੋ ਇਹੋ ਜਿਹੜੇ ਕੇਸ ਆ ਉਹਨਾਂ ਨੂੰ ਵਿਚਾਰਨਾ ਚਾਹੀਦਾ ਇਸ ਪਰਪੇਖ ਦੇ ਵਿੱਚ ਕਿ ਉਹਨਾਂ ਬੰਦਿਆਂ ਦਾ ਕਸੂਰ ਕੋਈ ਨਹੀਂ, ਬਿਨਾਂ ਕਸੂਰ ਤੋਂ ਉਹਨਾਂ ਦੀ ਕਰਾਂਸੀ, ਉਹਨਾਂ ਦੀ ਮਿਹਨਤ, ਉਹਨਾਂ ਦੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਹੈ ਜਿਹੜੀ ਉਹ ਮਿੱਟੀ ਨਹੀਂ ਹੋਣੀ ਚਾਹੀਦੀ। ਪਰ ਮੇਰੇ ਖਿਆਲ ਦੇ ਨਾਲ ਜੇ ਮੌਕਾ ਮਿਲਦਾ ਤਾਂ ਫਿਰ ਐਨਆਰਆਈਜ਼ ਦਾ ਫਰੇਮ 'ਚ ਜ਼ਰੂਰ ਰੱਖਣਾ ਚਾਹੀਦਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਚੱਲਦੀ ਬੱਸ ਦੇ ਵਿੱਚ ਕੀਤਾ ਅਨੈਤਿਕ ਕਰ ਦਰਿੰਦਗੀ ਕਹਿ ਸਕਦੇ ਦੇ ਵਿੱਚ। ਜੀ ਬਿਲਕੁਲ, ਅਨੈਤਿਕ ਕਾਰਾ ਦਰਿੰਦਗੀ ਜੋ ਮਰਜ਼ੀ ਹੈ, ਇਹ ਅਸਲ ਦੇ ਵਿੱਚ ਮਹਾਰਾਸ਼ਟਰ ਦੀ ਘਟਨਾ ਰਾਜਕਰਨਵੀਰ ਸਿੰਘ ਜੀ, ਜਿੱਥੇ ਇੱਕ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਨੇ ਚੱਲਦੀ ਬੱਸ ਦੇ ਵਿੱਚ ਇੱਕ ਲੜਕੀ ਦੇ ਨਾਲ ਸੰਬੰਧ ਬਣਾਏ। ਅਸਲ ਦੇ ਵਿੱਚ ਉਸ ਬੱਸ ਦੇ ਅੰਦਰ CCTV ਕੈਮਰੇ ਸਨ, ਜਿਨ੍ਹਾਂ ਦੇ ਵਿੱਚ ਇਹ ਸਾਰਾ ਅਨੈਤਿਕ ਕਾਰਾ ਜਿਹੜਾ ਉਹ ਰਿਕਾਰਡ ਹੋ ਗਿਆ। ਜੀ ਜਦੋਂ ਇਹਦੀ ਫੋਟੇ ਚ, ਵੈਸੇ ਇਹਦਾ ਨਾਮ ਜਿਹੜਾ BJP ਆਗੂ ਸੀਗਾ ਉਹਦਾ ਨਾਂ ਰਵਿੰਦਰ ਬਾਵਨ ਥੜੇ ਆ, ਜਦੋਂ ਇਹਦਾ ਇਹ ਕਾਰਾ ਸਾਰਾ ਫੋਟੇਜ ਦੇ ਰੂਪ ਦੇ ਵਿੱਚ ਵਾਇਰਲ ਹੋ ਗਿਆ, ਜਿਹੜੀ ਉਹ ਲੜਕੀ ਸੀਗੀ ਫਿਰ ਮੁੜ ਕੇ ਉਹ ਵੀ ਸਾਹਮਣੇ ਆ ਗਈ। ਉਹਨੇ ਕਿਹਾ ਕਿ ਇਹ ਸੰਬੰਧ ਜੋ ਬਣੇ ਇਹ ਮੇਰੀ ਮਰਜ਼ੀ ਦੇ ਨਾਲ ਨਹੀਂ ਬਣੇ, ਇੱਛਾ ਮੁਤਾਬਕ ਨਹੀਂ ਬਣੇ। ਦਰਅਸਲ ਉਹ ਕਹਿੰਦੀ ਕਿ ਇਸਨੇ ਮੈਨੂੰ ਨੌਕਰੀ ਦਾ ਔਰ ਵਿਆਹ ਦਾ ਝਾਂਸਾ ਦਿੱਤਾ ਸੀ, ਉਸ ਬਦਲੇ ਇਹਨੇ ਮੇਰਾ ਰੇਪ ਕੀਤਾ। ਉਹ ਲੜਕੀ ਵੀ ਆ ਗਈ। ਸੋ ਦੋਹਰੀ ਸਮੱਸਿਆ ਇਸ ਬੰਦੇ ਲਈ ਖੜੀ ਹੋ ਗਈ। ਇਹਦੇ ਖਿਲਾਫ ਧਾਰਾ 376 ਅਧੀਨ ਯਾਨੀ ਰੇਪ ਕੇਸ ਹੈ ਜਿਹੜਾ ਉਹ ਦਰਜ ਕਰ ਲਿਆ ਗਿਆ। ਹੁਣ ਰਵਿੰਦਰ ਭਗੌੜਾ ਇਹ ਭਗੌੜਾ, ਪਰ ਜਿਹੜੇ ਇਹਦੇ ਸਾਈ ਖਸਮ ਆ ਉਹ ਬਿਲਕੁਲ ਮੌਨ ਵਰਤ ਤੇ ਚਲੇ ਗਏ ਆ, ਉਹਨਾਂ ਦੀਆਂ ਜੀਭਾਂ ਸੀਤੀਆਂ ਗਈਆਂ, ਉਹਨਾਂ ਦੇ ਬੁੱਲਾਂ ਤੇ ਤੋਪੇ ਲੱਗ ਗਏ ਆ, ਉਹ ਬੋਲਦੇ ਕੋਈ ਨੀ। ਔਰ ਇਹ ਇਹਨਾਂ ਦੀ ਬੜੀ ਸਿਆਣੀ ਨੀਤੀ ਆ, ਜਦੋਂ ਇਹਨਾਂ ਦੇ ਬੰਦੇ ISI ਲਈ ਜਸੂਸੀ ਕਰਦੇ ਫੜੇ ਜਾਂਦੇ ਆ ਉਦੋਂ ਵੀ ਤਾਲਾਬੰਦੀ, ਜਦੋਂ ਇਹਨਾਂ ਦੇ ਬੰਦੇ ਪਾਕਿਸਤਾਨੀ ਸਫਾਰਤਖਾਨੇ ਦੇ ਇੱਕ ਕਰਮਚਾਰੀ ਨੂੰ ਆਧਾਰ ਕਾਰਡ ਬਣਾ ਕੇ ਦਿੰਦੇ ਆ ਉਹ ਫੜੇ ਜਾਂਦੇ ਆ, ਫਿਰ ਤਾਲਾਬੰਦੀ। ਜਦੋਂ ਇਹਨਾਂ ਦੀ ਇੱਕ ਬੀਬੀ ਆਗੂ ਬੱਚੇ ਤਸਕਰੀ ਦੇ ਦੋਸ਼ ਹੇਠ ਗਿਰ ਜਾਂਦੀ ਹੈ ਉਦੋਂ ਵੀ ਤਾਲਾਬੰਦੀ, ਜਦੋਂ ਇਹਨਾਂ ਦਾ ਇੱਕ ਲੀਡਰ ਦੇਹ ਵਪਾਰ ਦੇ ਧੰਦੇ ਚ ਗਿਰ ਜਾਂਦਾ ਉਦੋਂ ਵੀ ਤਾਲਾਬੰਦੀ। ਸਾਰੀਆਂ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਦੇ ਵਿੱਚ ਨਮੋਸ਼ੀ ਪੱਲੇ ਪੈਂਦੀ ਆ ਉਦੋਂ ਚੁੱਪ ਕਰ ਜਾਂਦੇ ਆ, ਤੇ ਉਦੋਂ ਉਹ ਦੌਰ ਯਾਦ ਆਉਂਦਾ ਜਦੋਂ UPA ਸਰਕਾਰ ਸੀ, ਮਨਮੋਹਨ ਸਿੰਘ ਦੀ ਸਰਕਾਰ ਸੀ, ਤੇ ਇਹ ਕਹਿੰਦੇ ਹੁੰਦੇ ਸਨ ਇਹ ਤੇ ਚੋਰਾਂ ਦੀ ਬਰਾਤ ਆ, ਮਨਮੋਹਨ ਸਿੰਘ ਇਸ ਬਰਾਤ ਦਾ ਲਾੜਾ। ਹੁਣ ਜਦੋਂ ਤੁਹਾਡੇ ਇਹੋ ਜਿਹੇ ਅਨੈਤਿਕ ਕਾਰੇ ਸਾਹਮਣੇ ਆਉਂਦੇ ਆ ਤੁਸੀਂ ਚੁੱਪ ਕਿਉਂ ਕਰ ਜਾਂਦੇ ਹੋ? ਜੇ UPA ਸਰਕਾਰ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਸੀਗੇ ਜਿਹੜੇ ਉਹ ਸਰਕਾਰ ਦੇ ਮੱਥੇ ਤੇ ਆਏ ਦਿਨ ਹਰੇਕ ਮੱਸਿਆ ਤੇ ਕੋਈ ਨਾ ਕੋਈ ਕਾਲਖ ਦਾ ਟਿੱਕਾ ਥੱਪ ਦਿੰਦੇ ਸਨ, ਤੇ ਘਾਟ ਤੇ ਇੱਧਰ ਵੀ ਨੀ। ਇੱਧਰ ਵੀ ਐਸੇ ਵਾਧੂ ਹੈ ਜਿਹੜੇ ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਕਿ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ, ਨੱਕ ਵਢਾਉਣ ਵਾਲੇ ਇਹਨਾਂ ਦੇ ਵਿੱਚ ਵੀ ਬਹੁਤ ਆ। ਪਰ ਅਫਸੋਸ ਦੀ ਗੱਲ ਆ ਕਿ ਜਦੋਂ ਨੱਕ ਵਢਾਉਣ ਵਾਲਿਆਂ ਦੀ ਇਹਨਾਂ ਦੀ ਵਾਰੀ ਆਉਂਦੀ ਹੈ ਉਦੋਂ ਇਹਨਾਂ ਦੀਆਂ ਖਬਰਾਂ ਜਿਹੜੀਆਂ ਉਹ ਰੋਕ ਦਿੱਤੀਆਂ ਜਾਂਦੀਆਂ, ਜਦਕਿ ਜੇ ਦੂਸਰੇ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਿਕਲਾਵੇ ਉਹਨਾਂ ਖਬਰਾਂ ਨੂੰ ਬਹੁਤ ਸ਼ਿੱਦਤ ਦੇ ਨਾਲ ਚਲਾਇਆ ਜਾਂਦਾ, ਵਜਾਇਆ ਜਾਂਦਾ।
ਸੋ ਇਹ ਇੱਕ ਕਰਤੂਤ ਇਹਨਾਂ ਦੇ ਬੰਦੇ ਦੀ ਫਿਰ ਸਾਹਮਣੇ ਆਈ ਹੈ। ਪਰ ਅਫਸੋਸ ਦੀ ਗੱਲ ਆ ਕਿ ਇਸ ਵਾਰੀ ਵੀ ਇਹਨਾਂ ਦੇ ਮੂੰਹੋਂ ਕੁਝ ਨਹੀਂ ਫੁੱਟਿਆ। ਹਾਂ, ਅੱਜ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਬੋਲੇ ਆ, ਉਹ ਕਹਿੰਦੇ ਆ ਜੀ ਕਿ ਗਊ ਰਾਖਿਆ ਦੇ ਖਿਲਾਫ ਹਿੰਸਾ ਭੜਕਾਉਣ ਲਈ ਮੀਟ ਲੌਬੀ ਹੈ ਜਿਹੜੀ ਉਹ ਸਾਜਿਸ਼ ਕਰਦੀ ਪਈ ਹੈ। ਉਹ ਇਹੋ ਜਿਹੇ ਮੁੱਦਿਆਂ ਤੇ ਬੋਲਦੇ ਪਏ ਆ, ਪਰ ਜਦੋਂ ਇਹੋ ਜਿਹੀਆਂ ਇਹਨਾਂ ਦੀਆਂ ਕਰਤੂਤਾਂ ਵਿੱਚੋਂ ਸਾਹਮਣੇ ਆਉਂਦੀਆਂ ਉਦੋਂ ਖਾਮੋਸ਼ ਹੋ ਜਾਂਦੇ। ਬਿਲਕੁਲ ਜੀ, ਉਦੋਂ ਇਹਨਾਂ ਨੇ ਰਹਿਣਾ ਵੀ ਖਾਮੋਸ਼ੀ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ 100 ਦਿਨ ਪੂਰੇ ਹੋਣ ਤੇ ਕੈਪਟਨ ਨੇ ਐਲਾਨਾਂ ਦੀ ਝੜੀ ਲਾਈ ਹੈ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਤੇ ਵਾਕਿਆ ਸੌਣ ਦੀ ਝੜੀ ਤੋਂ ਪਹਿਲਾਂ ਝੜੀ ਲਾ ਦਿੱਤੀ ਆ। ਇਹ ਝੜੀ ਹੈ ਜਿਹੜੀ ਉਹ ਕਿੱਲੇ ਨਾਲ ਕਿੱਲਾ ਛੱਡਦੀ ਹੈ, ਜਾਂ ਇੱਕ ਸਾਰ ਵਰਦੀ ਹੈ, ਜਾਂ ਗੱਜ ਕੇ ਨਿਕਲ ਜਾਂਦੀ ਹੈ। ਫੂਕਾ ਪੁਆਇੰਟ ਵੀ ਸਾਬਤ ਹੁੰਦਾ ਤੇ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਅੱਜ ਉਹਨਾਂ ਨੇ ਬਹੁਤ ਸਾਰੇ ਐਲਾਨ ਹੈ ਜਿਹੜੇ ਲੋਕ ਲਭਾਊ ਐਲਾਨ। ਵੈਸੇ ਇਹਨਾਂ ਨੇ ਐਤਕੀ ਬਜਟ ਹੈ ਜਿਹੜਾ ਉਹ ਵੀ ਲੋਕ ਲਭਾਊ ਪੇਸ਼ ਕੀਤਾ, ਔਰ ਐਸਾ ਬਜਟ ਪੇਸ਼ ਕੀਤਾ ਕਿ ਲੋਕੀ ਕਹਿੰਦੇ ਸਨ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਇਲੈਕਸ਼ਨ ਵਾਲੇ ਵਰ੍ਹੇ 'ਚ ਚਲੇ ਗਏ ਆ। ਜਿੱਦਾਂ ਕਿਸੇ ਸਰਕਾਰ ਦਾ ਅਖੀਰਲਾ ਬਜਟ ਹੁੰਦਾ ਉਤਰਾ ਇਹਨਾਂ ਦਾ ਪਲੇਠਾ ਬਜਟ ਸੀਗਾ। ਪਰ ਅੱਜ ਜਿਹੜਾ ਇਹਨਾਂ ਨੇ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕੀਤਾ, ਉਹਦੇ ਦੌਰਾਨ ਜਿਹੜੇ ਅੱਜ ਇਹਨਾਂ ਨੇ ਫਿਰ ਵਾਅਦੇ ਕੀਤੇ, ਫਿਰ ਐਲਾਨ ਕਰ ਦਿੱਤੇ, ਉਹ ਵੀ ਹੈਰਾਨ ਕਰਦੇ ਸਨ ਕਿ ਇਹ ਇਸ ਤਰ੍ਹਾਂ ਦੇ ਲਾ ਰਹੇ ਆ, ਇਸ ਤਰ੍ਹਾਂ ਦੇ ਵਾਅਦੇ ਆ ਜਿਸ ਤਰ੍ਹਾਂ ਚੋਣ ਕੰਪੇਨ ਦੇ ਵਿੱਚ ਕੀਤੇ ਸਨ ਕੈਪਟਨ ਸਰਕਾਰ ਨੇ। ਖੈਰ, ਇਹਨਾਂ ਦੀ ਆਪਾਂ ਜੇ ਚਰਚਾ ਕਰੀਏ ਤਾਂ ਇਹਨਾਂ ਦੇ ਵਿੱਚ ਇੱਕ ਤਾਂ ਇਹਨਾਂ ਨੇ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਲਈ ਅਸੀਂ ਰੈਗੂਲੇਟਰੀ ਅਥਾਰਟੀ ਬਣਾਉਣ ਜਾ ਰਹੇ ਹਾਂ, ਜਿਹਦਾ ਕੰਮ ਇਹ ਹੋਏਗਾ ਕਿ ਐਜੂਕੇਸ਼ਨ ਦਾ ਸਟੈਂਡਰਡ ਹੈ ਜਿਹੜਾ ਚੈੱਕ ਕੀਤਾ ਜਾ ਸਕੇ। ਦੂਸਰਾ, ਇਹਨਾਂ ਨੇ ਕਿਹਾ ਕਿ ਐਨਆਰਆਈਜ਼ ਤੇ ਸੈਨਿਕਾਂ ਲਈ ਮੋਹਾਲੀ 'ਚ ਅਸੀਂ ਇੱਕ ਸਪੈਸ਼ਲ ਕੋਰਟ ਬਣਾਉਣ ਦੀ ਹਾਈ ਕੋਰਟ ਤੋਂ ਮੰਗ ਕਰਦੇ ਪਏ ਹਾਂ, ਤਾਂ ਕਿ ਉਹਨਾਂ ਨੂੰ ਬਹੁਤ ਸਾਰੀ ਖੱਜਲ ਖੁਆਰੀ ਜਿਹੜੀ ਹੈ ਉਹ ਝੱਲਣੀ ਪੈਂਦੀ ਹੈ, ਇਸ ਕਰਕੇ ਉਹ ਖੱਜਲ ਖੁਆਰੀ ਖਤਮ ਹੋ ਜਾਵੇ, ਅਸੀਂ ਇੱਕ ਥਾਂ 'ਤੇ ਉਹਨਾਂ ਦੇ ਜਿਹੜੇ ਮੁਕੱਦਮੇ ਆ ਉਹ ਸ਼ਿਫਟ ਕਰ ਸਕੀਏ। ਦੂਜੀ ਗੱਲ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੀ ਕਹੀ, ਉਹਨਾਂ ਕਿਹਾ ਕਿ ਜਿੰਨੀਆਂ ਮਰਜ਼ੀ ਹੜਤਾਲਾਂ ਕਰੀ ਜਾਓ, ਟਰੱਕ ਯੂਨੀਅਨ ਭੰਗ ਤੇ ਸਮਝੋ ਭੰਗ ਆ, ਇਹ ਦੁਬਾਰਾ ਬਹਾਲ ਨਹੀਂ ਹੋਣਗੀਆਂ, ਸਾਫ਼ ਤੌਰ 'ਤੇ ਉਹਨਾਂ ਨੇ ਐਲਾਨ ਕਰ ਦਿੱਤਾ। ਇੱਕ ਹੋਰ ਉਹਨਾਂ ਨੇ ਵੱਡਾ ਐਲਾਨ ਕੀਤਾ, ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਕੋਈ ਵੀ ਸੰਸਥਾ ਜਿਹੜੀ ਉਹ ਆ ਕੇ ਟੈਲੀਵਿਜ਼ਨ ਚੈਨਲ ਖੋਲ ਸਕਦੀ ਹੈ, ਅਸੀਂ ਕਿਸੇ ਦਾ ਵੀ ਕੰਮ ਕਾਜ ਰੋਕਣ ਲਈ ਕੋਈ ਬਿੱਲ ਨਹੀਂ ਲਿਆਵਾਂਗੇ। ਇਹ ਇੱਕ ਬਹੁਤ ਵੱਡੀ ਗੱਲ ਆ। ਨਾਲ ਇੱਕ ਹੋਰ ਵੱਡਾ ਐਲਾਨ ਕੀਤਾ, ਉਹ ਕਹਿੰਦੇ ਆ ਕਿ ਅਸੀਂ ਨਵਾਂ ਲੋਕਪਾਲ ਬਿੱਲ ਲਿਆਵਾਂਗੇ, ਜਿਹਦੇ 'ਚ ਲੋਕਪਾਲ ਦੀ ਨਿਯੁਕਤੀ ਹੋਏਗੀ ਔਰ ਮੁੱਖ ਮੰਤਰੀ ਤੱਕ ਵੀ ਲੋਕਪਾਲ ਦੇ ਦਾਇਰੇ 'ਚ ਆਏਗਾ। ਇਹ ਇੱਕ ਵੱਡਾ ਐਲਾਨ ਆ। ਵੈਸੇ ਇਹ ਨਹੀਂ ਦੱਸਿਆ ਕਿ ਵਿਧਾਇਕ ਵਿੱਚ ਆਉਣਗੇ ਜਾਂ ਨਹੀਂ ਆਉਣਗੇ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮੁੱਖ ਮੰਤਰੀ ਲੋਕਪਾਲ ਦੇ ਦਾਇਰੇ 'ਚ ਆਏਗਾ। ਨਾਲ ਇੱਕ ਹੋਰ ਵੱਡਾ ਐਲਾਨ ਸੁੱਟਿਆ ਉਹਨਾਂ ਨੇ, ਉਹ ਕਹਿੰਦੇ ਆ ਕਿ ਅਗਸਤ ਤੋਂ ਇੱਕ ਘਰ ਨੂੰ ਨੌਕਰੀ ਹੈ ਜਿਹੜੀ ਉਹ ਸਕੀਮ ਅਸੀਂ ਲਾਂਚ ਕਰਨ ਜਾ ਰਹੇ ਹਾਂ। ਵੈਸੇ ਉਹ ਸਕੀਮ ਲਾਂਚ ਹੋ ਚੁੱਕੀ ਆਲਰੇਡੀ ਬੇਅੰਤ ਸਿੰਘ ਦੇ ਪਰਿਵਾਰ ਤੋਂ, ਪਰ ਫਿਰ ਉਹ ਕਹਿੰਦੇ ਕਿ ਦੁਬਾਰਾ ਅਸੀਂ ਸ਼ੁਰੂ ਕਰਾਂਗੇ। ਲੁਧਿਆਣੇ 'ਚ ਉਹਨਾਂ ਨੇ ਕਿਹਾ ਕਿ 400 ਕਰੋੜ ਦੇ ਨਾਲ ਹਾਈਟੈਕ ਸਾਈਕਲ ਵੈਲੀ ਹੈ ਜਿਹੜੀ ਉਹ ਵਸਾਈ ਜਾਏਗੀ। ਇੱਕ ਹੋਰ ਬਹੁਤ ਮਹੱਤਵਪੂਰਨ ਉਹਨਾਂ ਨੇ ਐਲਾਨ ਕੀਤਾ, ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਪੰਚਾਇਤਾਂ ਹੈ ਉਹਨਾਂ ਨੂੰ ਅਸੀਂ ਨਿਆਂਇਕ ਸ਼ਕਤੀਆਂ ਦੇਵਾਂਗੇ। ਨਿਆਂਇਕ ਸ਼ਕਤੀਆਂ ਤੋਂ ਭਾਵ ਇਹ ਆ ਕਿ ਜੁਡੀਸ਼ੀਅਲ ਪਾਵਰਾਂ ਛੋਟੇ ਮੋਟੇ ਕੇਸ ਤਾਂ ਤੇ ਜਿਹੜੇ ਆ ਅਦਾਲਤਾਂ ਤੱਕ ਨਾ ਪਹੁੰਚ ਸਕਣ। ਵੈਸੇ ਮੇਰੇ ਖਿਆਲ ਦੇ ਨਾਲ ਅਸੀਂ ਜੇ ਇੱਕ ਦੋ ਬਿੰਦੂਆਂ ਤੇ ਚਰਚਾ ਕਰੀਏ, ਸਮਾਂ ਥੋੜਾ ਆਪਣੇ ਕੋਲੇ, ਤਾਂ ਇਹਨਾਂ ਦੇ ਵਿੱਚ ਦੇਖੋ ਪੰਚਾਇਤ ਵਾਲਾ ਫੈਸਲਾ ਬਹੁਤ ਵਧੀਆ ਰਾਜਕਰਨਵੀਰ ਜੀ, ਪਰ ਇਹਦੇ ਲਈ ਇਹ ਆ ਕਿ ਪੰਚਾਇਤਾਂ ਚੰਗੀਆਂ ਚੁਣੀਆਂ ਜਾਣ। ਜੇ ਪੰਚਾਇਤਾਂ ਦੇ ਵਿੱਚ ਆਹੀ ਕੁਛ ਚੱਲਣਾ, ਨਸ਼ਾ ਪੱਤਾ ਵਰਤ ਕੇ ਸਰਪੰਚ ਬਣਨੇ ਆ, ਤੇ ਉਹਨਾਂ ਨੇ ਤੇ ਫਿਰ ਉਹੋ ਜਿਹੇ ਫੈਸਲੇ ਹੀ ਕਰਨੇ ਆ ਨਾ ਰਾਜਕਰਨਵੀਰ ਜੀ। ਕਿਉਂਕਿ ਅੱਜ ਤੋਂ 30-40 ਸਾਲ 50 ਸਾਲ ਪਿੱਛੇ ਚੱਲ ਜਾਈਏ, ਬਹੁਤ ਸਾਰੇ ਕੇਸ ਜਿਹੜੇ ਹੁੰਦੇ ਸੀ ਉਹ ਪਿੰਡ ਪੱਧਰ ਤੇ ਨਿਬੇੜ ਦਿੱਤੇ ਜਾਂਦੇ ਸੀ, ਕਿਉਂਕਿ ਉਦੋਂ ਪਾਰਟੀਬਾਜ਼ੀ ਭਾਰੂ ਨਹੀਂ ਸੀਗੀ, ਲੋਕਾਂ ਦਾ ਆਪਸੀ ਇਤਫਾਕ ਬੜਾ ਮਜ਼ਬੂਤ ਸੀ। ਪਰ ਹੁਣ ਹਾਲਾਤ ਬਦਲੇ ਹੋਏ ਆ, ਹੁਣ ਸਰਪੰਚ ਵੀ ਉਹੋ ਜਿਹੇ ਬਣ ਜਾਂਦੇ, ਪੰਚ ਵੀ ਉਹੋ ਜਿਹੇ ਕਈ ਵਾਰ ਬਣ ਜਾਂਦੇ ਆ ਜਿਹੜੇ ਫਾਇਦੇ ਦੀ ਥਾਂ ਤੇ ਕਫਾਇਦੇ ਕਰਦੇ ਆ। ਸੋ ਤੁਹਾਨੂੰ ਪਹਿਲਾਂ ਪੰਚਾਇਤਾਂ ਚੁਣਨ ਦੀ ਜਿਹੜੀ ਇਹ ਪ੍ਰਣਾਲੀ ਹੈ ਇਹ ਦਰੁਸਤ ਕਰਨੀ ਪਵੇਗੀ। ਸੋ ਸਰਪੰਚ ਵਧੀਆ ਹੋਣਗੇ ਫਿਰ ਹੀ ਉਹ ਚੰਗੇ ਫੈਸਲੇ ਲੈ ਸਕਦੇ ਆ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਜੀ ਅਸੀਂ ਕੋਈ ਵੀ ਐਸਾ ਬਿੱਲ ਨਹੀਂ ਲਿਆਵਾਂਗੇ ਕਿ ਕਿਸੇ ਦਾ ਕੇਵਲ ਨੈਟਵਰਕ, ਕੇਵਲ ਕੋਈ ਵੀ ਆਪਰੇਟਰ ਹੈ ਜਾਂ ਉਹਦਾ ਧੰਦਾ ਅਸੀਂ ਚੌਪਟ ਕਰੀਏ। ਤੇ ਤੁਹਾਨੂੰ ਯਾਦ ਹੋਣਾ 18 ਮਾਰਚ 2017 ਨੂੰ ਜਦੋਂ ਇਹਨਾਂ ਨੇ ਆਪਣੀ ਕੈਬਨਿਟ ਦੀ ਪਹਿਲੀ ਮੀਟਿੰਗ ਕੀਤੀ ਸੀ, ਉਦੋਂ ਇਹਨਾਂ ਨੇ ਪਹਿਲਾ ਐਲਾਨ ਹੀ ਇਹ ਕੀਤਾ ਸੀਗਾ
ਕਿ ਅਸੀਂ ਜੀ ਕੇਵਲ ਅਥਾਰਟੀ ਅਧਿਨਿਯਮ ਦੀ ਸਥਾਪਨਾ ਲਈ ਇੱਕ ਨਵਾਂ ਕਾਨੂੰਨ ਲਿਆਵਾਂਗੇ। ਆਪਦਾ ਕੀਤਾ ਫੈਸਲਾ ਆਪੇ ਪਲਟੀ ਜਾ ਰਹੇ ਆ। ਸੋ ਇਹ ਕੁਛ ਇਹਨਾਂ ਦੇ ਐਲਾਨ ਨੇ। ਅੱਗੇ ਚੱਲ ਕੇ ਦੇਖਦੇ ਹਾਂ ਕਿ ਇਹ ਐਲਾਨ ਕਿੰਨੇ ਕੁ ਸਾਰਥਕ ਸਾਬਿਤ ਹੁੰਦੇ ਆ। ਹਾਲਾਂਕਿ ਰਾਜਕਰਨਵੀਰ ਸਿੰਘ ਜੀ ਇਹ ਸਾਨੂੰ ਪਤਾ ਆ ਕਿ ਹਰੇਕ ਘਰ ਲਈ ਨੌਕਰੀ, ਕਿਸਾਨਾਂ ਦਾ ਕਰਜ਼ਾ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਉਹ ਹਾਲੇ ਪ੍ਰਾਪਤ ਕਰਨੀਆਂ ਬਹੁਤ ਔਖੀਆਂ ਨੇ, ਉਹ ਟੀਚੇ ਨੂੰ ਸਰ ਕਰਨਾ ਬਹੁਤ ਔਖਾ। ਪਰ ਇੱਕ ਦੋ ਚੀਜ਼ਾਂ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਇਹਨਾਂ ਦੇ ਹੱਥ ਵੱਸ ਨੇ, ਜਿੱਦਾਂ ਕਿ ਅਮਨ ਕਾਨੂੰਨ ਦੀ ਵਿਵਸਥਾ। ਅਮਨ ਕਾਨੂੰਨ ਦੀ ਵਿਵਸਥਾ ਹਾਲੇ ਵੀ ਨੀਲੀ ਛਤਰੀ ਵਾਲੇ ਦੇ ਸਾਰੇ ਆ, ਕੁਛ ਵੀ ਨਹੀਂ ਬਦਲਿਆ। ਦੂਸਰਾ ਸਾਫ ਸੁਥਰਾ ਪ੍ਰਸ਼ਾਸਨ, ਇਹ ਦੋ ਚੀਜ਼ਾਂ ਕੋਈ ਵੀ ਸਰਕਾਰ ਜਿਹੜੀ ਆਪਣੇ ਬਲਬੂਤੇ ਤੇ ਠੀਕ ਕਰ ਸਕਦੀ ਹੈ। ਤਾਂ ਮੈਂ ਕਹਿੰਦਾ ਕਿ ਤੁਸੀਂ ਚਲੋ ਦੂਜੀਆਂ ਚੀਜ਼ਾਂ ਹੌਲੀ ਹੌਲੀ ਕਰੀ ਚਲੋ, ਜਿੰਨਾ ਕੁ ਤੁਸੀਂ ਕਰਦੇ ਹੋ ਜਿਹੜੀਆਂ ਪਿਛਲੀਆਂ ਸਰਕਾਰਾਂ ਚਾਹੇ ਵਿੱਚ ਤੁਹਾਡੀਆਂ ਵੀ ਸੀ ਉਹਨਾਂ ਦੇ ਨਾਲੋਂ ਚੰਗੀਆਂ ਤੁਸੀਂ ਕਰਦੇ ਪਏ ਹੋ, ਪਰ ਘੱਟੋ ਘੱਟ ਜੋ ਆ ਮਾਹੌਲ ਸਿਰਜਣਾ ਚਾਹੀਦਾ ਸੀ, ਜੋ ਤੁਹਾਡੇ ਹੱਥ ਵਸ ਆ, ਇਹ ਤੇ ਸਿਰਜ ਕੇ ਦਿਖਾਓ ਨਾ। ਲੋਕਾਂ ਨੂੰ ਯਕੀਨ ਤਾਂ ਬੱਝੇ ਕਿ ਹਾਂ ਭਾਈ ਇਹਨਾਂ ਕੋਲੇ ਹਾਲੇ ਸਮਾਂ ਜਿਹੜਾ ਉਹ ਬਹੁਤ ਪਿਆ, ਇਹਨਾਂ ਦੀ ਸ਼ੁਰੂਆਤ ਆ, ਸਾਨੂੰ ਇਹਨਾਂ ਤੇ ਭਰੋਸਾ ਕਰਨਾ ਚਾਹੀਦਾ। ਜਦੋਂ ਅਮਨ ਕਾਨੂੰਨ ਦੀ ਵਿਵਸਥਾ ਉਹ ਜਿਉਂ ਦੀ ਤਿਉਂ ਆ, ਜਿਹੜਾ ਉੱਥੇ ਵੱਡੀ ਖੋਰੀ ਵਾਲਾ ਸਿਸਟਮ ਆ ਪ੍ਰਸ਼ਾਸਕੀ ਢਾਂਚੇ ਚ ਉਹ ਓਦਾਂ ਹੀ ਕੰਮ ਕਰੀ ਜਾਂਦਾ, ਤਾਂ ਜਿਹੜਾ ਕੁਛ ਤੁਹਾਡੇ ਹੱਥ ਆ ਜਦੋਂ ਤੁਹਾਡੇ ਕੋਲ ਉਹ ਠੀਕ ਨਹੀਂ ਹੁੰਦਾ ਤੇ ਆਹ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਸੁਪਨਬਾਜ਼ੀਆਂ ਤੁਸੀਂ ਦਿਖਾ ਰਹੇ ਹੋ ਕਿ ਨੌਕਰੀ ਸ਼ੌਕਰੀ ਇਹ ਸਭ ਕੁਛ ਕਰਾਂਗੇ, ਤੇ ਇਹ ਹਾਲੇ ਲੋਕਾਂ ਦੇ ਵਿਸ਼ਵਾਸ ਦੇ ਦਾਇਰੇ ਚ ਆਉਣ ਵਾਲੀਆਂ ਨੇ। ਜੋ ਤੁਹਾਡੇ ਹੱਥ ਵਿੱਚ ਹੈ ਹੱਥ ਵਸ ਹੈ ਉਹ ਠੀਕ ਕਰਕੇ ਦਿਖਾਓ, ਲੋਕੀ ਆਪੇ ਯਕੀਨ ਕਰਨਗੇ, ਬਾਕੀ ਹੌਲੀ ਹੌਲੀ ਤੁਸੀਂ ਤੁਰੇ ਚੱਲਿਓ। ਜੀ ਜੀ ਤੇ ਅਗਲੀ ਆਪਾਂ ਮਿੰਟੂ ਗੁਸਰੇ ਜੀ ਗੱਲ ਕਰੀਏ ਵੀ ਬੈਂਸ ਬ੍ਰਦਰਸ ਵੱਲੋਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਭਾਜਪਾ ਨੂੰ ਮਦਦ ਦੇਣ ਦਾ ਐਲਾਨ। ਦੇਖੋ ਇਹ ਤਾਂ ਬੜੀ ਕੱਛ ਚੋਂ ਮੁੰਗਲੀ ਕੱਢੀ ਹੈ ਇਹਨਾਂ ਨੇ, ਕਿਸੇ ਨੂੰ ਮੇਰੇ ਖਿਆਲ ਦੇ ਨਾਲ ਇਸ ਗੱਲ ਦਾ ਕਿਆਫਾ ਨਹੀਂ ਹੋਏਗਾ ਕਿ ਬੈਂਸ ਬ੍ਰਦਰਸ ਇਦਾਂ ਦਾ ਫੈਸਲਾ ਲੈ ਸਕਦੇ ਆ। ਅਚਨਚੇਤੀ ਮੀਟਿੰਗ ਹੁੰਦੀ ਆ, ਮੀਟਿੰਗ ਵੀ ਮੇਰੇ ਖਿਆਲ ਦੇ ਨਾਲ ਬੈਂਸ ਬ੍ਰਦਰਸ ਦੇ ਘਰ ਦੇ ਵਿੱਚ ਹੋਈ ਆ। ਵਿਜੇ ਸਾਂਪਲਾ ਪਹੁੰਚਦੇ ਆ, ਫੋਟੋ ਵਾਇਰਲ ਹੁੰਦੀ ਆ, ਲੋਕ ਵੱਖੋ ਵੱਖਰੇ ਅੰਦਾਜ਼ੇ ਲਾਉਂਦੇ ਆ, ਲੋਕ ਕਿਆ ਸਰਾਈਆਂ ਲਾਉਂਦੇ ਆ ਕਿ ਇਹ ਕੀ ਹੋ ਰਿਹਾ, ਤੇ ਕੋਈ ਕਹਿੰਦਾ ਕਿ ਨਵਾਂ ਗੜਚੋੜ ਬਣ ਰਿਹਾ, ਕੋਈ ਕਹਿੰਦੇ ਕਿ ਕੋਈ ਗੱਲ ਨੀ ਪੁਰਾਣੀ ਮਿੱਤਰਤਾ ਜੇ ਉਭਰ ਆਈ ਹੈ ਮਨਾਂ ਦੇ ਵਿੱਚ ਤੇ ਫਿਰ ਕਿਹੜੀ ਆਖਰ ਆ ਗਈ। ਪਰ ਅੰਤ ਨੂੰ ਬੈਂਸ ਬ੍ਰਦਰਸ ਨੇ ਇਸ ਸਸਪੈਂਸ ਨੂੰ ਖਤਮ ਕਰਦਿਆਂ ਇਹ ਕਹਿਤਾ, ਉਹਨੇ ਕਿਹਾ ਕਿ ਅਸੀਂ NDA ਦੇ ਉਮੀਦਵਾਰ ਦੀ ਇਮਦਾਦ ਕਰਾਂਗੇ। ਕਹਿਣ ਦਾ ਭਾਵ ਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਰਾਸ਼ਟਰਪਤੀ ਅਹੁਦੇ ਲਈ ਰਾਮਨਾਥ ਕੋਵਿੰਦ, ਅਸੀਂ ਉਹਦੀ ਇਮਦਾਦ ਕਰਾਂਗੇ। ਦੂਸਰੇ ਪਾਸੇ ਨਾਲ ਉਹਨਾਂ ਨੇ ਇਹ ਗੱਲ ਦੁਹਰਾਈ ਆ ਕਿ ਜਿਹੜਾ ਸਾਡਾ ਅਲਾਇੰਸ ਹੈ ਆਮ ਆਦਮੀ ਪਾਰਟੀ ਦੇ ਨਾਲ ਉਹ ਬਾਦਸਤੂਰ ਜਾਰੀ ਰਹੇਗਾ, ਯਾਨੀ ਜਿੱਦਾਂ ਦਾ ਸਾਡਾ ਅੱਗੇ ਮੇਲਜੋਲ ਚੱਲਦਾ ਹੈ ਉਹ ਮੇਲਜੋਲ ਉਤਰਾ ਹੀ ਚੱਲਦਾ ਰਹੇਗਾ। ਪਰ ਅਸੀਂ ਤੁਲਨਾਤਮਕ ਤੌਰ ਤੇ ਜਦੋਂ ਦੇਖਦੇ ਹਾਂ ਕਿ ਬੀਬੀ ਮੀਰਾ ਕੁਮਾਰ ਔਰ ਨਾਲ ਰਾਮਨਾਥ ਕੋਵਿੰਦ ਨੂੰ, ਤਾਂ ਸਾਨੂੰ ਲੱਗਦਾ ਹੈ ਕਿ ਰਾਮਨਾਥ ਕੋਵਿੰਦ ਤੁਲਨਾਤਮਕ ਤੌਰ ਤੇ ਬੀਬੀ ਮੀਰਾ ਕੁਮਾਰ ਦੇ ਨਾਲੋਂ ਬਿਹਤਰ ਆ। ਸੋ ਅਸੀਂ ਇੱਧਰ ਜਾਣ ਦਾ ਫੈਸਲਾ ਕਰ ਲਿਆ। ਹੁਣ ਦੇਖੋ ਰਾਜਕਰਨਵੀਰ ਜੀ ਬੜੀ ਵਿਚਿੱਤਰ ਜਿਹੀ ਸਥਿਤੀ ਹੈ ਇਸ ਵੇਲੇ ਇਹਨਾਂ ਦੇ ਅਲਾਇੰਸ ਲਈ। ਉਹ ਕਿੱਦਾਂ ਕਿ ਦੇਖੋ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬੀਬੀ ਮੀਰਾ ਕੁਮਾਰ ਦੀ ਹਮਾਇਤ ਦਾ ਐਲਾਨ ਕਰ ਚੁੱਕੀ ਹੈ। ਉਹਨਾਂ ਦੇ ਐਲਾਨ ਤੋਂ ਬਾਅਦ ਬੈਂਸ ਬ੍ਰਦਰਸ ਦਾ ਐਲਾਨ ਉਹਨਾਂ ਦੇ ਉਲਟ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਦੂਜੀ ਗੱਲ ਇਹ ਆ ਕਿ ਦੇਖੋ ਇਹਦੇ ਚ ਹੁਣ ਅਸੀਂ ਬਹੁਤ ਜਲਦੀ ਰਿਜ਼ਲਟ ਨਹੀਂ ਕੱਢ ਸਕਦੇ ਕਿ ਪਿੱਛੇ ਭਾਵਨਾ ਕੀ ਕੰਮ ਕਰਦੀ ਪਈ ਹੈ, ਪਰ ਬੈਂਸ ਬ੍ਰਦਰਸ ਦੇ ਇਸ ਫੈਸਲੇ ਤੋਂ ਕਿਤੇ ਨਾ ਕਿਤੇ ਸ਼ੱਕ ਇਜ਼ਹਾਰ ਹੁੰਦਾ ਆ ਕਿ ਜੋ ਆਮ ਆਦਮੀ ਪਾਰਟੀ ਨੇ ਗਲਤੀ ਕਹਿ ਲਓ, ਭੁੱਲ ਕਹਿ ਲਓ, ਜਾਂ ਕਾਹਲੀ ਦੇ ਵਿੱਚ ਕੀਤਾ ਕੰਮ ਕਹਿ ਲਓ, ਕਿ ਜੋ ਉਹਨਾਂ ਨੇ ਉੱਥੇ ਅਸੈਂਬਲੀ ਦੇ ਵਿੱਚ ਅਕਾਲੀਆਂ ਦੇ ਨਾਲ ਥੋੜੀ ਜਿਹੀ ਨੇੜਤਾ ਵਿਖਾਈ ਸੀਗੀ, ਕਿਤੇ ਨਾ ਕਿਤੇ ਬੈਂਸ ਬ੍ਰਦਰਸ ਉਸ ਗੱਲ ਤੋਂ ਥੋੜਾ ਜਿਹਾ ਗੁੱਸੇਰਾ ਜੀ ਹਨ। ਕਿਉਂਕਿ ਬੈਂਸ ਬ੍ਰਦਰਸ ਦੇ ਵਿੱਚੋਂ ਸਿਮਰਨਜੀਤ ਸਿੰਘ ਬੈਂਸ ਨੇ ਇੱਕ ਟੈਲੀਵਿਜ਼ਨ ਇੰਟਰਵਿਊ 'ਚ ਸਾਫ਼ ਤੌਰ ਤੇ ਕਿਹਾ ਸੀਗਾ ਕਿ ਇਹਨਾਂ ਨੇ ਉਹਨਾਂ ਦੇ ਨਾਲ ਗੱਡੀ 'ਚ ਚੜ ਕੇ ਨਹੀਂ ਸੀ ਜਾਣਾ। ਸੋ ਕਿਉਂਕਿ ਉਹ ਤੇ ਸ਼ਰੇਆਮ ਕਹਿੰਦੇ ਆ ਕਿ ਅਕਾਲੀਆਂ ਨੇ ਸਾਡੀਆਂ ਪੱਗਾਂ ਲਾਈਆਂ ਨੇ, ਅਕਾਲੀਆਂ ਨੇ ਸਾਡੇ ਨਾਲ ਬੁਰੀ ਕੀਤੀ ਹੈ, ਤੇ ਇਹ ਉਹਨਾਂ ਦੇ ਨਾਲ ਤੁਰ ਕੇ। ਖੈਰ ਇਹ ਜੇ ਗੱਲ ਸੋਚੀਏ ਤੇ ਫਿਰ ਇਹ ਵੀ ਗੱਲ ਤੇ ਸੋਚਣਾ ਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਤੇ ਉੱਥੇ ਖੜੀ ਹੈ ਔਰ ਉਹਨੇ ਸਪੋਰਟ ਹੈ ਜਿਹੜੀ ਦੂਸਰੀ ਧਿਰ ਨੂੰ ਕੀਤੀ ਹੈ, ਪਰ ਜਿਹੜੇ ਭਾਜਪਾ ਦੇ ਸਾਥੀ ਅਕਾਲੀ
ਦੂਜੀ ਗੱਲ ਆ ਕਿ ਬੈਂਸ ਬ੍ਰਦਰਸ ਜੇ ਉਧਰ ਨਹੀਂ ਸਨ ਜਾਣਾ ਚਾਹੁੰਦੇ ਤੇ ਉਹਨਾਂ ਦੇ ਕੋਲ ਬਦਲ ਸੀ, ਉਹ ਕਿਉਂਕਿ ਵਹਿਪ ਜਾਰੀ ਨਹੀਂ ਹੁੰਦਾ, ਰਾਸ਼ਟਰਪਤੀ ਦੀ ਚੋਣ ਵਹਿਪ ਜਾਰੀ ਨਹੀਂ ਹੁੰਦਾ, ਉਹ ਚਾਹੁੰਦੇ ਤੇ ਉਹ ਵੋਟਿੰਗ ਚੋਂ ਬਾਹਰ ਰਹਿ ਸਕਦੇ ਸਨ, ਨਿਊਟਰਲ ਰਹਿ ਸਕਦੇ ਸਨ, ਪਰ ਉਹਨਾਂ ਨੇ ਇਸ ਤਰ੍ਹਾਂ ਗੱਜ ਵੱਜ ਕੇ ਜਿਹੜੀ ਸਪੋਰਟ ਕੀਤੀ ਆ, ਕਿਤੇ ਨਾ ਕਿਤੇ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਚੜਾਉਣ ਲਈ ਜਾਂ ਕਹਿ ਲਓ ਕਿ ਉਹਨਾਂ ਨੂੰ ਅੱਗੇ ਸੰਭਲ ਕੇ ਚਲਾਉਣ ਲਈ ਇਹ ਸਭ ਕੁਛ ਕੀਤਾ ਲੱਗਦਾ ਹੈ। ਪਰ ਹਾਲ ਦੀ ਘੜੀ ਬਹੁਤ ਸਾਰੇ ਸਵਾਲ ਖੜੇ ਹੋ ਗਏ ਇਹਨਾਂ ਦੇ ਅਲਾਇੰਸ ਤੇ, ਨਹੀਂ ਸਿਮਰਨਜੀਤ ਸਿੰਘ ਬੈਂਸ ਹੋਰਾਂ ਦੀ ਸਿਆਸਤ ਤੇ ਵੀ ਸਵਾਲ ਖੜੇ ਹੋ ਗਿਆ। ਵੈਸੇ ਇਹਨਾਂ ਲਈ ਸਵਾਲ ਨਵੇਂ ਨਹੀਂ, ਇਹ ਬਹੁਤ ਵਾਰੀ ਇਸ ਤਰ੍ਹਾਂ ਕਰ ਚੁੱਕੇ ਆ। ਔਰ ਜੇ ਜਦੋਂ ਅਕਾਲੀ ਦਲ ਚੋਂ ਵਿਦਾ ਹੋਏ ਸਨ ਉਦੋਂ ਵੀ ਅੜੀਆਂ ਦਾ ਹੀ ਮਸਲਾ ਸੀਗਾ, ਇਹ ਅੜ ਗਏ ਸਨ ਕਿ ਸਾਨੂੰ ਆਹ ਨਹੀਂ ਆਹ ਚਾਹੀਦਾ, ਤੇ ਇਹ ਇਹ ਜਿਹੜੀ ਅੜੀ ਹੁੰਦੀ ਹੈ ਉਹ ਤੁਹਾਨੂੰ ਪਤਾ ਹੈ ਇਹੋ ਜਿਹੇ ਅੜਬਾਜ਼ਾਂ ਦੇ ਨਾਲ ਹੀ ਤੁਰੀ ਜਾਂਦੀ ਹੈ। ਸੋ ਅੜੀ ਕਿਤੇ ਨਾ ਕਿਤੇ ਫਿਰ ਲੱਗਦੀ ਹੈ ਕਿ ਇੱਕ ਵਾਰੀ ਆੜੇ ਆਈ ਹੈ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਕਿਸਾਨੀ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਕਰੇਗੀ ਦੇਸ਼ ਵਿਆਪੀ ਅੰਦੋਲਨ, ਪੰਜਾਬ ਵਿੱਚ ਹੋਵੇਗਾ ਕਿਸਾਨ ਸੰਮੇਲਨ। ਦੇਖੋ ਇਹ ਨਾ ਜਿਹੜੇ ਇਹਨਾਂ ਦੇ ਅਮਨ ਅਰੋੜਾ ਉਹਨਾਂ ਦੇ ਪਿਤਾ ਸੀਗੇ ਜਿਹੜੇ ਭਗਵਾਨ ਦਾਸ ਅਰੋੜਾ, ਉਹਨਾਂ ਦੀ ਅੱਜ ਬਰਸੀ ਸੀਗੀ ਤੇ ਸਾਰੇ ਉੱਥੇ ਇਕੱਤਰ ਹੋਏ ਸਨ। ਉੱਥੇ ਇਹਨਾਂ ਨੇ ਐਲਾਨ ਕੀਤਾ ਵਾ, ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਇੱਕ ਦੇਸ਼ ਵਿਆਪੀ ਅੰਦੋਲਨ ਛੇੜਾਂਗੇ ਤੇ ਉਹਦੀ ਸ਼ੁਰੂਆਤ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਰੱਖੀ ਹੈ ਪੰਜਾਬ ਤੋਂ। ਕਹਿੰਦੇ ਆ ਕਿ ਅਸੀਂ ਇੱਥੇ ਇੱਕ ਕਿਸਾਨ ਸੰਮੇਲਨ ਕਰਾਂਗੇ 9 ਸਤੰਬਰ ਨੂੰ, ਉਸ ਤੋਂ ਬਾਅਦ ਆਗਾਜ਼ ਕਰਾਂਗੇ ਦੇਸ਼ ਵਿਆਪੀ ਮੁਹਿੰਮ ਦਾ। ਤਾਂ ਮੇਰੇ ਖਿਆਲ ਦੇ ਨਾਲ ਰਾਜਕਰਨਵੀਰ ਜੀ ਇਸ ਮੁੱਦੇ ਤੇ ਔਰ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਕੌਮੀ ਸਿਆਸਤ ਦੇ ਵਿੱਚ ਥਾਂ ਬਿਲਕੁਲ ਖਾਲੀ ਪਈ ਹੈ ਜੀ। ਆਮ ਆਦਮੀ ਪਾਰਟੀ ਦੀਆਂ ਭੁੱਲਾਂ ਕਹਿ ਲਓ, ਗਲਤੀਆਂ ਕਹਿ ਲਓ, ਬੇਵਕੂਫੀਆਂ ਕਹਿ ਲਓ, ਕੁਛ ਵੀ ਕਹਿ ਲਓ, ਆਮ ਆਦਮੀ ਪਾਰਟੀ ਨੇ ਬਹੁਤ ਮੌਕੇ ਖੁੰਝਾਏ ਆ ਜੀ। ਦੇਖੋ ਦਿੱਲੀ ਦੇ ਵਿੱਚ ਇਹ ਸੱਤਾ ਨਿਸ਼ੀਨ ਸਨ, ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਚ ਸਨ, ਬਹੁਤ ਕੁਛ ਕੀਤਾ ਜਾ ਸਕਦਾ ਸੀਗਾ। ਕਿਉਂਕਿ ਦੇਖੋ ਇਸ ਸਮੇਂ ਗਊ ਰੱਖਿਆ ਤੋਂ ਲੈ ਕੇ GST ਤੋਂ ਅੱਗੇ ਵੱਧ ਜਾਈਏ ਕਿਸਾਨੀ ਤੱਕ ਕਿੰਨੇ ਮੁੱਦੇ ਆ ਜਿਨ੍ਹਾਂ ਤੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ ਜਾ ਸਕਦਾ। ਰਾਹੁਲ ਗਾਂਧੀ ਕੀ ਹੈ, ਰਾਹੁਲ ਗਾਂਧੀ ਇੱਕ ਦਿਨ ਦਲਿਤਾਂ ਚ ਚਲਾ ਜਾਂਦਾ, ਦੂਜੇ ਦਿਨ ਨਾਨੀ ਕੋਲ ਚਲਾ ਜਾਂਦਾ ਇਟਲੀ ਦੇ ਵਿੱਚ, ਇੱਕ ਦਿਨ ਕਿਸਾਨਾਂ ਦੇ ਵਿੱਚ ਚਲੇ ਜਾਂਦਾ, ਦੂਜੇ ਦਿਨ ਉਹ ਪਾਰਟੀ ਕਰਨ ਤੁਰਿਆ ਫਿਰਦਾ। ਸੋ ਉਹਦਾ ਕੋਈ ਸਟੈਂਡਰਡ ਨਹੀਂ ਹੈ, ਇੱਕ ਕੌਮੀ ਵਿਰੋਧੀ ਧਿਰ ਦੇ ਆਗੂ ਵਜੋਂ ਉਹਦਾ ਕੋਈ ਸਟੈਂਡਰਡ ਨਹੀਂ ਹੈ, ਕੋਈ ਅਕਸ ਨਹੀਂ ਹੈ, ਬਿਲਕੁਲ ਜਗ੍ਹਾ ਖਾਲੀ ਸੀ। ਕਾਮਰੇਡ ਹੈ ਜਿਹੜੇ ਉਹ ਗੁੱਠੇ ਲੱਗੇ ਪਏ ਆ, ਇਸ ਕੱਟੜ ਵਿਚਾਰਧਾਰਾ ਦੀ ਘਾਟ ਵਜੋਂ ਜੋ ਬਹੁਤ ਲੰਮੇ ਸਮੇਂ ਤੱਕ ਵਿਚਰਦੇ ਰਹੇ ਕਾਮਰੇਡ, ਉਹ ਬਿਲਕੁਲ ਨਿਸਲ ਹੋ ਕੇ ਨੁਕਰੇ ਲੱਗੇ ਆ। ਆਮ ਆਦਮੀ ਪਾਰਟੀ ਵਾਲਿਆਂ ਕੋਲੇ ਮੌਕਾ ਸੀ ਕਿ ਜਿਸ ਦੌਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਨੂੰ ਇਹ ਖੰਘਦੇ ਨਹੀਂ, ਇਹ ਬਦਲ ਦੇ ਰੂਪ ਦੇ ਵਿੱਚ ਖੜੇ ਹੁੰਦੇ, ਬਦਲਵਾਂ ਇਹ ਏਜੰਡਾ ਦਿੰਦੇ, ਇਹਨਾਂ ਦੇ ਕੋਲ ਇੱਕ ਮੌਕਾ ਸੀ ਜੋ ਇਹਨਾਂ ਨੇ ਕੈਸ਼ ਨਹੀਂ ਕੀਤਾ। ਪਰ ਫਿਰ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਜਾਗੋ ਉਦੋਂ ਸਵੇਰਾ, ਤੇ ਜੇ ਇਸ ਤਰ੍ਹਾਂ ਦੇ ਦੇਸ਼ ਵਿਆਪੀ ਅੰਦੋਲਨ ਕੋਈ ਸਕਸੈਸਫੁਲੀ ਇਹ ਚਲਾ ਲੈਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਰਾਜਕਰਨਵੀਰ ਜੀ ਇਹਨਾਂ ਕੋਲੇ ਹਾਲੇ ਵੀ ਮੌਕਾ ਹੈ ਕਿ ਇਹ ਡਿੱਗ ਕੇ ਸੰਭਲ ਸਕਦੇ ਆ ਜੀ। ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਗੁਰੂ ਸਿਰੇ ਜੀ ਗੱਲ ਕਰੀਏ ਵੀ ਹਾਈਵੇ ਜ਼ਮੀਨ ਘੁਟਾਲੇ ਦੇ ਜਿਹੜੇ ਪ੍ਰਮੁੱਖ ਕਥਿਤ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਹਵਾਈ ਅੱਡੇ ਤੋਂ ਦਬੋਚ ਲਿਆ। ਦੇਖੋ ਇਹ ਜਿਹੜਾ ਹਾਈਵੇ ਘੁਟਾਲਾ ਸੀਗਾ ਇਹਦੇ ਤੇ ਆਪਾਂ ਬਹੁਤ ਚਰਚਾ ਕੀਤੀ, ਇਹਦਾ ਪਿਛੋਕੜ ਇਹੋ ਹੀ ਆ ਕਿ ਇੱਕ ਹਾਈਵੇ ਬਣਾਇਆ ਜਾ ਰਿਹਾ ਸੀਗਾ ਜਲੰਧਰ ਤੋਂ ਚਿੰਤਪੁਰਨੀ ਤੱਕ, ਉਹਦੇ ਵਿੱਚ ਇਹ ਸੀਗਾ ਕਿ ਹੁਸ਼ਿਆਰਪੁਰ ਦੇ ਲਾਗੇ ਇੱਕ ਦੋ ਪਿੰਡ ਸਨ ਜਿੱਦਾਂ ਪਿੱਪਲਾਂ ਵਾਲੇ ਕੋਈ ਪਿੰਡ ਸੀਗਾ, ਉਸ ਪਿੰਡ ਦੀ ਜ਼ਮੀਨ ਜਿਹੜੀ ਸੀਗੀ ਵੈਸੇ ਵਾਹੀਯੋਗ ਜ਼ਮੀਨ ਸੀਗੀ ਉਹਨੂੰ ਕਮਰਸ਼ੀਅਲ ਦਿਖਾ ਕੇ ਇਹ ਜਿੱਦਾਂ SDM ਹੋਏ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰੀ, ਕੁਛ ਉੱਥੋਂ ਦੇ ਲੋਕਲ ਆਗੂ, ਕੁਛ ਕਲੋਨਾਈਜ਼ਰ, ਇਹ ਸਾਰੇ ਇੱਕ ਰਲ ਕੇ ਇੱਕ ਨੈਕਸਿਸ ਬਣਾ ਕੇ ਬਹੁਤ ਸਾਰਾ ਮੁਆਵਜ਼ਾ ਲੈ ਗਏ ਸਨ, ਮੁਆਵਜ਼ਾ ਕਹਿ ਲਓ ਜਾਂ ਖੰਡ ਕਹਿ ਲਓ, ਇਹ ਬਹੁਤ ਸਾਰੀ ਖੰਡ ਛੱਕ ਗਏ ਸਨ। ਲਗਭਗ ਦੱਸਦੇ ਆ ਕਿ 150 ਕਰੋੜ ਦਾ ਇਹ ਸਕੈਮ ਸੀ ਜੋ 20-25 ਬੰਦਿਆਂ ਦੀ ਜੁੜਰੀ ਨੇ ਕੀਤਾ। ਉਹ ਤੋਂ ਬਾਅਦ ਕਾਰਵਾਈ ਵੀ ਹੋਈ, ਸਾਨੂੰ ਸਾਰਾ ਪਤਾ ਹੀ ਹੈ, ਸਾਰੇ ਜਾਣਦੇ ਹੋਣਗੇ ਕਿ ਵਿਜੀਲੈਂਸ ਇਨਕੁਆਇਰੀ ਬਿਠਾਈ ਸੀਗੀ ਜਿਹਦੇ ਵਿੱਚ ਇਹ ਸਾਹਮਣੇ ਆਇਆ ਸੀਗਾ ਕਿ ਵਿਜੀਲੈਂਸ ਨੇ ਜਦੋਂ ਜਾ ਕੇ ਦੇਖਿਆ ਤੇ ਹਾਂ ਭਾਈ ਦੱਸੋ
ਕਿਹੜੀ ਕਲੋਨੀ ਆ ਜਿਹੜੀ ਤੁਸੀਂ ਕਾਗਜ਼ਾਂ 'ਚ ਦਰਸਾ ਕੇ ਕਿਹਾ ਜੀ ਇਹਦੀ ਕੀਮਤ ਇੰਨੀ ਆ, ਦਿਖਾਓ ਤੁਹਾਡੀ ਕਲੋਨੀ ਦੇਖੀਏ। ਤੇ ਜਦੋਂ ਉਹ ਕਲੋਨੀ ਦੇਖਣ ਗਏ, ਕਲੋਨੀ ਦੇਖ ਕੇ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ, ਕਿਉਂਕਿ ਕਲੋਨੀ ਦੀ ਥਾਂ ਤੇ ਉੱਥੇ 2.5-2.5 ਫੁੱਟ ਦੀ ਗਾਰੇ ਦੀ ਕੰਧ ਸੀ। ਉਹ ਇੱਕ ਨੇ ਠੁੱਡਾ ਮਾਰਿਆ, ਉਹ 4 ਥਾਂ ਤੋਂ ਕੰਧ ਹੈ ਜਿਹੜੀ ਤਣਾਏ ਕਰਕੇ ਡਿੱਗ ਪਈ। ਉਹ ਕਹਿੰਦੇ ਤੁਹਾਡੀ ਕਲੋਨੀ ਤੇ ਆਹ ਮਿੱਟੀ ਨਾਲ ਮਿੱਟੀ ਹੋਈ ਪਈ ਆ। ਉਦੋਂ ਸਾਰੀਆਂ ਪਰਤਾਂ ਖੁੱਲ ਗਈਆਂ। ਉਹ ਤੋਂ ਬਾਅਦ ਕੀ ਸੀਗਾ ਕਿ ਮੇਨ ਬੰਦੇ ਸੀਗੇ ਜਿਹੜੇ ਇਸ ਸਕੈਮ ਦੇ ਵਿੱਚ, ਹਾਲਾਂਕਿ ਕੁਛ ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਇੱਕਾ ਦੁੱਕਾ ਦੀਆਂ ਜ਼ਮਾਨਤਾਂ ਵੀ ਹੋ ਗਈਆਂ, ਜਿਹੜੇ ਮੇਨ ਬੰਦੇ ਸਨ ਉਹ ਹਾਲੇ ਤੱਕ ਰੂਪੋਜ ਸੀਗੇ। ਇਹਨਾਂ ਦੇ ਵਿੱਚੋਂ ਇੱਕ ਸੀਗਾ ਕਲੋਨਾਈਜ਼ਰ, ਜਿਹੜਾ ਜਿਹਨੂੰ ਆਪਾਂ ਬਿਲਡਰ ਕਹਿ ਦਿੰਦੇ ਹਾਂ, ਪ੍ਰਤੀਕ। ਪ੍ਰਤੀਕ ਨੂੰ ਰਾਤੀ ਹਵਾਈ ਅੱਡੇ ਤੇ ਫੜ ਲਿਆ ਗਿਆ ਉਹਦੀ ਮਾਂ ਦੇ ਸਮੇਤ। ਇਹ ਦੋਨੇ ਮਾਂ ਪੁੱਤ ਬਾਹਰ ਭੱਜਣ ਦੀ ਫਰਾਕ ਦੇ ਵਿੱਚ ਸੀ, ਪਰ ਇਹ ਇੱਕ ਚੰਗੀ ਗੱਲ ਹੋਈ ਕਿ ਇਹਨਾਂ ਨੇ ਲੁੱਕ ਆਊਟ ਨੋਟਸ ਇਹਦੇ ਬਾਰੇ ਕੱਢਿਆ ਹੋਇਆ ਸੀਗਾ। ਜਿਵੇਂ ਹੀ ਉਹਨਾਂ ਦੇ ਰਡਾਰ ਤੇ ਚੜਿਆ ਹਾਈਵੇ ਅਥਾਰਟੀ ਦੀ, ਉਹਨਾਂ ਨੇ ਨਾਲ ਦੀ ਨਾਲ ਇਹਨਾਂ ਨੂੰ ਸੂਚਿਤ ਕਰ ਦਿੱਤਾ ਕਿ ਭਾਈ ਤੁਹਾਡਾ ਲੋੜੀਂਦਾ ਬੰਦਾ ਜਿਹੜਾ ਉਹ ਸਾਡੀ ਹਿਰਾਸਤ ਦੇ ਵਿੱਚ ਆ ਕੇ ਲੈ ਜਾਓ, ਇਹਨੂੰ ਅੱਜ ਸ਼ਾਮੀ ਮੇਰੇ ਖਿਆਲ ਦੇ ਨਾਲ ਪੰਜਾਬ 'ਚ ਲਿਆਂਦਾ ਗਿਆ। ਇਹ ਪ੍ਰਤੀਕ ਹੁਣ ਫਸ ਗਿਆ। ਵੈਸੇ ਹਾਲੇ ਜਿਹੜਾ ਤਹਿਸੀਲਦਾਰ ਆ, ਵੈਸੇ ਨਾਇਕ ਤਹਿਸੀਲਦਾਰ ਆ, ਪਟਵਾਰੀ ਆ, ਇਹ ਹਾਲੇ ਤੱਕ ਰੂਪੋਸ਼ੀ ਆ। ਇਹ ਕੁਛ ਬਾਹਰ ਉੱਡਣ ਦੀ ਤਿਆਰੀ 'ਚ ਆ, ਕੁਛ ਜ਼ਮਾਨਤ ਲਈ ਹੱਥ ਪੈਰ ਮਾਰ ਦਿੱਤਾ ਆ। ਇਹ ਕਹਾਣੀ ਦੇ ਇੱਕ ਦੋ ਪਹਿਲੂ ਆ ਜਿਹੜੇ ਮੈਂ ਤੁਹਾਨੂੰ ਦੱਸੇ। ਇੱਕ ਕਹਾਣੀ ਦਾ ਹੋਰ ਪਹਿਲੂ ਵੀ ਆ। ਦੇਖੋ, ਪ੍ਰਤੀਕ ਨੂੰ ਫੜ ਲਿਆ ਗਿਆ। ਪ੍ਰਤੀਕ ਉਹ ਸ਼ਖਸ ਆ ਜਿਹਨੇ ਇਹ ਸਾਰੀ ਖੇਡ ਖੇਡੀ, ਔਰ 2016 ਦੇ ਵਿੱਚ ਇਹਦੇ ਖਾਤੇ 'ਚ ਬਹੁਤ ਵੱਡੀਆਂ ਟ੍ਰਾਂਜੈਕਸ਼ਨਾਂ ਹੋਈਆਂ। ਵੈਸੇ ਉਹ ਖਾਤਾ ਵੀ 2016 'ਚ ਹੀ ਖੁੱਲਦਾ। ਪਹਿਲੀ ਟ੍ਰਾਂਜੈਕਸ਼ਨ ਹੋਈ ਸੀਗੀ ਇਹਦੀ 6,63,39,000 ਦੀ, ਫਿਰ ਹੋਈ 8,90,83,800 ਰੁਪਏ ਦੀ। ਇਹ ਟ੍ਰਾਂਜੈਕਸ਼ਨਾਂ ਬਹੁਤ ਵੱਡੀਆਂ ਸਨ ਜੋ ਨਵੇਂ ਖੁੱਲ੍ਹੇ ਖਾਤੇ 'ਚ ਪ੍ਰਤੀਕ ਨੂੰ ਮਿਲੀਆਂ। ਉਹ ਤੋਂ ਬਾਅਦ ਦੀ ਗੱਲ ਇੱਕ ਹੋਰ ਵੀ ਆ। ਉਹ ਤੋਂ ਬਾਅਦ ਕੀ ਹੁੰਦਾ ਕਿ ਰਾਜਕਰਨ ਵੀਰ ਜੀ, ਇਹ 2 ਮਈ 2016 ਨੂੰ 1,75,00,000 ਤੇ 5 ਮਈ 2016 ਨੂੰ 75,00,000, ਯਾਨੀ ਕੁੱਲ ਮਿਲਾ ਕੇ 2.5 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਕਰਦਾ ਹੈ SS ਇੰਜੀਨੀਅਰਿੰਗ ਨੂੰ। SS ਇੰਜੀਨੀਅਰਿੰਗ ਨੂੰ ਇਹ 2.5 ਕਰੋੜ ਰੁਪਏ ਦੀ ਜਿਹੜੀ ਪੇਮੈਂਟ ਕਰਦਾ ਉਹ ਸ਼ੱਕ ਦੇ ਦਾਇਰੇ 'ਚ ਆ। ਕਿਉਂ? ਕਿਉਂਕਿ ਉਹ ਜਿਹੜੀ SS ਇੰਜੀਨੀਅਰਿੰਗ ਆ, ਉਹਦੇ ਵਿੱਚ ਭਾਜਪਾ ਦੇ ਇੱਕ ਸਾਬਕਾ ਮੰਤਰੀ ਦਾ ਅਧਿਆ, ਸਾਬਕਾ ਮੰਤਰੀ ਦੇ ਪੁੱਤਰ ਦਾ ਅਧਿਆ। ਹੁਣ ਕਮਾਲ ਦੀ ਗੱਲ ਹੈ ਕਿ ਪ੍ਰਤੀਕ ਨੂੰ ਫੜ ਲਿਆ ਗਿਆ ਜਿਹਦੇ ਖਾਤੇ 'ਚ 2 ਟ੍ਰਾਂਜੈਕਸ਼ਨਾਂ ਹੋਈਆਂ, ਤੇ ਜਿਹਨਾਂ ਦੇ ਖਾਤੇ 'ਚ ਅੱਗਿਓਂ ਪ੍ਰਤੀਕ ਨੇ ਕੀਤੀਆਂ, ਉਹਨਾਂ ਦਾ ਨਾਂ ਤੇ ਇਸ ਪਰਚੇ 'ਚ ਨਾ ਆ ਰਿਹਾ, ਨਾ ਉਹਨਾਂ ਦਾ ਇਨਕੁਆਇਰੀ 'ਚ ਨਾ ਆ ਰਿਹਾ, ਕਿਉਂਕਿ ਉਹ ਭਾਈ ਸਾਹਿਬ ਆ ਜਿਹੜੇ ਉਹ ਭਾਜਪਾ ਦੇ ਮੰਤਰੀ ਦੇ ਬੇਟੇ ਆ, ਕਿਉਂਕਿ ਬਹੁਤ ਵੱਡਾ ਆਗੂ ਆ। ਹੁਣ ਤੇ ਵੈਸੇ ਸਾਬਕਾ ਹੋ ਗਿਆ, ਪਰ ਆਗੂ ਤੇ ਆਗੂ ਆ, ਸੈਂਟਰ ਦੇ ਵਿੱਚ ਉਹਨਾਂ ਦਾ ਹੱਥ ਪੈਂਦਾ। ਸੋ ਇਹ ਕਹਾਣੀ ਦਾ ਇੱਕ ਦਿਲਚਸਪ ਪਹਿਲੂ ਹੈ ਕਿ ਇਸ ਤੱਥ ਨੂੰ ਨਾ ਤੇ ਮੀਡੀਆ ਉਜਾਗਰ ਕਰਦਾ ਪਿਆ, ਨਾ ਵਿਜੀਲੈਂਸ ਵਾਲੇ ਹੱਥ ਪਾਉਂਦੇ ਪਏ ਆ, ਨਾ ਹੀ ਕਾਂਗਰਸੀ ਜਿਹੜੇ ਉਦੋਂ ਭੁੜਕਦੇ ਸਨ, ਨਾ ਹੀ ਕਾਂਗਰਸੀ ਬੋਲਦੇ ਪਏ ਆ। ਸੋ ਇਸ ਮੁੱਦੇ ਤੇ ਸਾਰੇ ਪਾਸੇ ਖਾਮੋਸ਼ੀ ਛਾਈ ਹੋਈ ਆ। ਉਤਰਾ ਪ੍ਰਤੀਕ ਨੂੰ ਬਾਹਰ ਜਾਂਦੇ ਜਾਂਦੇ ਨੂੰ ਹੁਣ ਅੰਦਰ ਜਾਣਾ ਪਿਆ, ਕਿਉਂਕਿ ਇਹਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਸੀ। ਪਰ ਹਾਲੇ ਵੀ ਬਹੁਤ ਸਾਰੇ ਵੱਡੇ ਮਗਰਮੱਛ ਹੈ ਜਿਹੜੇ ਉਹ ਕਾਨੂੰਨੀ ਸ਼ਿਕੰਜੇ ਤੋਂ ਬਾਹਰ ਆ। ਜੀ ਜੀ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵੱਲ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।